ਸ੍ਰੀ ਗੁਰਦਾਸ ਗੁਰ ਅਰਜਨ ਵਿਘਨ ਕੇ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਸ੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਸ੍ਰੀ ਗੁਰੂ ਗੋਬਿੰਦ ਤਰੋਂ ਤਰ ਗਿਆਨ ਹੈ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਰ ਬੰਦੋ ਏਕੰਕਾਰ ਸਤਿਗੁਰੂ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਸਤਨਾਮ ਵਾਹਿਗੁਰੂ ਜੀ ਦੋਹਰਾ ਪਰ ਗੁਣ ਸੁਨਤ ਪ੍ਰਸੰਸ ਹੋਵੇ ਪੁਨ ਸੇਵੈ ਗੁਣ ਖਾਨ ਆਤਮਾ ਗਿਆਨ ਵਿਚਾਰਨਾ ਨਿਤ ਵਰਤ ਸੋ ਗੁਰਵਾਣ ਵਾਹਿਗੁਰੂ ਜੀ ਕਾ ਖਾਲਸਾ ਏਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸਰਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਸੱਚ ਨਾਨਕ ਹੋਸੀ ਵੀ ਸੱਚ ਏਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸਰਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ Yeah.
ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਵਾਰ ਸੱਚ ਵਿਵਾਰ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਕਾਲ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਕਾਲ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਵਿਵਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਕਾਲ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ 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 ਵਾਹਿ
ਵਾਹਿਗੁਰੂ 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 ਵਾਹਿਗੁਰੂ
ਇਸ ਜਗ ਮੈਂ ਆਏ ਕਹਿ ਮਾਰੇ ਕਹਿੰਦੇ ਕੀ ਕੀਤਾ ਹੀ ਸਾਰੀ ਜ਼ਿੰਦਗੀ ਕਿ ਕਰਮ ਕਮਾਇਆ ਦੁੱਧ ਸਰੀਰਾ ਦੱਸਦੇ ਸਹੀ ਫਿੰਗਰ ਅਸੀਂ ਦੱਸਿਆ ਵੀ ਇੰਨੀ ਪੜ੍ਹਾਈ ਕੀਤੀ ਨੌਕਰੀ ਲਈ ਵਿਆਹ ਕਰਾਇਆ ਬੱਚੇ ਜੰਮੇ ਕੋਠੀ ਪਾਈ ਗੱਡੀ ਲੈ ਲਈ
ਕਿ ਮਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨ ਹਰ ਤੇਰਾ। ਉੱਚੀ ਬੋਲੋ ਸਾਧ ਨਾਨਕ ਸਾਹਿਬ ਪੜਿਆ ਕਰੋ ਨਾ ਪੰਜ ਛੇ ਪਾਠ। ਕਈ ਪੁੱਛੂਗਾ ਬਈ ਕਿਹੜਾ ਪਾਠ ਕਰਨਾ ਚਾਹੀਦਾ, ਇਹ ਉਹ ਪਾਠ ਦੱਸੋ ਜਿਹਦੇ ਨਾਲ ਦੁੱਖ ਲੈਣ, ਵੀ ਉਹ ਵੀ ਪਾਠ ਜਿਹੜਾ ਦੁੱਖ ਦਿੰਦਾ। ਅਸੀਂ ਐਵੇਂ ਪਾਠ ਵੰਡੀ ਜਾਂਦੇ, ਸਭ ਪਾਠ ਹੀ ਆਨੰਦ ਵਾਲਾ। ਤੁਰ ਕੀ ਬਾਣੀ ਆਈ, ਸਾਰੀ ਚਿੰਤਾ ਬਾਰੇ ਬਿਟਾ ਦਿੰਦੇ। ਜਿਹੜੀ ਬਾਣੀ ਨੂੰ ਜੀ ਕਰੇ ਉਹੀ ਪੜ੍ਹਦੇ ਆ। ਹੁਣ ਉੱਦਾਂ ਆਪਾਂ ਸੁਖਮਨੀ ਸਾਹਿਬ ਵੇਲੇ ਪੜ੍ਹਦੇ, ਪਰ ਜਦੋਂ ਅਖੰਡ ਪਾਠ ਸਾਹਿਬ ਆਰੰਭ ਹੁੰਦਾ ਉਦੋਂ ਸ਼ਾਮਾਂ ਨੂੰ ਆਉਂਦਾ, ਰਾਤ ਨੂੰ ਚੱਲਦਾ ਹੁੰਦਾ। ਸੋ ਇਸ ਕਰਕੇ ਗੱਲ ਤੁਹਾਡੀ ਭੁੱਖ ਦੀ ਆ। ਜਦੋਂ ਭੁੱਖ ਲੱਗੀ ਹੋਵੇ ਤੇ ਕਹਿੰਦੇ ਨੀਂਦ ਨਾ ਵੇਖੇ ਬਿਸਤਰਾ, ਜਦੋਂ ਨੀਂਦ ਆਈ ਹੋਵੇ ਤੇ ਬਜਰੀ ਤੇ ਆ ਜਾਏ, ਨਾ ਆਈ ਹੋਵੇ ਤੇ ਏਸੀ ਚ 2.5 ਲੱਖ ਦੇ ਪਲੰਘ ਤੇ ਚਾਦਰਾਂ ਵਿਛੀਆਂ 20-20 ਹਜ਼ਾਰ ਦੀਆਂ, ਤਾਂ ਵੀ ਸੂਲਾਂ ਨੂੰ ਚੋਦੀਆਂ। ਸੋ ਇਸ ਕਰਕੇ ਸਾਧ ਸੰਗਤ ਜੀ ਇਹ ਸਜਾਈ ਹੈ। ਇੱਕ ਮਹਾਂਪੁਰਖ ਸਾਖੀ ਵੀ ਸੁਣਾਉਂਦੇ ਹੁੰਦੇ ਆ, ਕਹਿੰਦੇ ਕੋਈ ਸੇਠ ਉਤਰਿਆ ਟ੍ਰੇਨ ਤੋਂ, ਦਿੱਲੀਓਂ ਆਇਆ। ਉਹਨੇ ਆਪਦੇ ਸ਼ਹਿਰ ਜਾਣਾ ਸੀ, ਟ੍ਰੇਨ ਤੋਂ ਉਤਰ ਕੇ ਤੇ ਥੋੜ੍ਹੀ ਦੂਰ ਨਾ ਰਕਸ਼ੇ ਵਾਲਾ ਰਕਸ਼ਾ ਫੜਨਾ ਸੀ। ਤੇ ਉਹਨੇ ਕੀ ਵੇਖਿਆ ਵੀ ਉੱਥੇ ਇੱਕ ਰਕਸ਼ੇ ਵਾਲਾ ਹੈ ਤੇ ਟਾਲੀ ਦੇ ਦਰਖਤ ਥੱਲੇ ਉਹਨਾਂ ਰਕਸ਼ੇ ਦੇ ਉੱਤੇ ਸੁੱਤਾ, ਲੱਤਾਂ ਉਹਨੇ ਸ਼ੇਰਿੰਗ ਤੇ ਰੱਖੀਆਂ ਤੇ ਸਿਰ ਕੱਟ ਤੇ ਉੱਤੇ ਪਰਨਾ ਲਿਆ ਤੇ ਘਰਾੜੇ ਮਾਰਨ ਲਿਆ। ਤੇ ਉਹ ਜਿਹੜਾ ਸੇਠ ਉਤਰਿਆ ਸੀ, ਕਿਉਂਕਿ ਤੁਸੀਂ ਰੋਜ਼ ਸੰਗਤ ਕਰਦੇ ਜੇ, ਬਾਣੀ ਕਹਿੰਦੀ ਡਿੱਠਾ ਸਭ ਸੰਸਾਰ ਗੁਰਮੁਖੋ ਸੁਖ ਨਹੀਂ ਜਿਹਾ। ਪਤਾ ਨੀ ਕਿੱਦਾਂ ਦੀ ਦੁਨੀਆਂ ਮੈਨੂੰ 7-8 ਮਿਲ ਪਿਆ, ਅੱਜ ਸਵੇਰੇ ਇੱਕ ਮਿਲਿਆ। ਬਾਬਾ ਜੀ ਤੁਸੀਂ ਕਥਾ ਕਰਦੇ ਮੈਨੂੰ ਪਤਾ ਨੀ ਕੀ ਹੁੰਦਾ। ਮੈਂ ਕਿਹਾ ਕੀ ਹੁੰਦਾ ਜੀ? ਕਹਿੰਦੇ ਮੇਰਾ ਜੀ ਕਰਦਾ ਮੈਂ ਜ਼ਹਿਰ ਖਾ ਲਾ। ਉਮਰ ਵੀ ਛੋਟੀ ਜੀ ਬੱਚੇ ਦੀ, ਤੇ ਮੈਨੂੰ ਕਹਿੰਦਾ ਮੁੰਨਾ ਸਿਰ ਤੋਂ ਮੈਨੂੰ ਕਦੀ ਨੀ ਵੇਖਿਆ, ਕਹਿੰਦਾ ਬਾਬਾ ਜੀ ਮੇਰਾ ਜੀ ਕਰਦਾ ਜ਼ਹਿਰ ਖਾ ਕੇ ਤੇ ਮਰ ਗਿਆ। ਮੈਂ ਕਿਹਾ ਵੀ ਏਦਾਂ ਕਦ ਹੁੰਦਾ? ਕਹਿੰਦੇ ਮੈਨੂੰ ਖੁਦ ਨੀ ਪਤਾ ਲੱਗਣ ਦਿਆ। ਵੇਖੋ ਤੇ ਮੈਂ ਹੈਰਾਨ ਹੋ ਗਿਆ, ਕਿਉਂਕਿ ਗੁਰਮੁਖੋ ਇਹ ਸਮਾਂ ਕਿਹੜਾ ਚੱਲਣ ਦਿਆ ਜੀ? ਇਹਦੇ ਵਿੱਚ ਇੱਕੋ ਹੀ ਚੀਜ਼ ਬਚਾ ਸਕਦੀ ਜੇ ਸੰਗਤ ਤੇ ਮਹਾਰਾਜ ਦਾ ਨਾਮ। ਚੰਗੇ ਭਲੇ ਲੋਕਾਂ ਨੂੰ ਏਦਾਂ ਹੋਈ ਜਾਂਦਾ ਵੀ ਕੁਝ ਕਰ ਲਈਏ, ਕਲੇਸ਼ ਪਈ ਜਾਂਦੇ ਆ ਬੁਰਾ ਹਾਲ, ਕਿਉਂਕਿ ਮਹਾਰਾਜ ਕਹਿ ਗਏ ਸੀ ਨਾ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਭੂਤਨਿਆਂ ਦਾ ਅਵਤਾਰ ਹੈ। ਜਦੋਂ ਨਾਮ ਨੀ ਜਪਣਾ, ਸੇਵਾ ਸਿਮਰਨੀ ਹੈਗਾ ਤੇ ਅੰਦਰ ਜਿਹੜਾ ਉਹ ਖਤਮ ਹੋ ਰਿਹਾ। ਕਿਸੇ ਵੀ ਚੀਜ਼ ਵਿੱਚ ਜਦੋਂ ਬੂਹਾ ਹੀ ਨਾ ਖੋਲੋਗੇ ਪੜਾਸ ਬਣ ਜੂਗੀ ਤੇ ਕਈ ਵਾਰੀ ਉਹ ਗੈਸ ਬਣ ਕੇ ਫੜ ਜਾਂਦਾ। ਮਹਾਰਾਜ ਸਾਹਿਬ ਜੀ ਨੇ ਕਹਿਤਾ ਪਰਮੇਸ਼ਰ ਤੇ ਭੁੱਲਿਆ, ਤੇ ਮੈਂ ਸੱਚੀ ਸੰਗਤ ਦੀ ਹਜ਼ੂਰੀ ਚ ਕਹਿੰਦਾ ਹੈ ਉਸ ਬੱਚੇ ਦੀ ਉਮਰ ਘੱਟੋ ਘੱਟ ਵੀ 14 ਸਾਲ ਹੋ। ਮੈਂ ਕਿਹਾ ਵੀ ਤੈਨੂੰ ਕੋਈ ਪਰੇਸ਼ਾਨੀ ਜਾਂ ਤੈਨੂੰ ਕਿਸੇ ਨੇ ਕੁਝ ਆਖਿਆ? ਕਹਿੰਦੇ ਨਹੀਂ ਬਾਬਾ ਜੀ ਮੈਨੂੰ ਕੋਈ ਪਰੇਸ਼ਾਨੀ ਨਹੀਂ, ਮੈਂ ਘਰੋਂ ਨੀ ਸੌਖਾ, ਮੇਰਾ ਜੀ ਕਹਿੰਦਾ ਮੈਂ ਮਰ ਜਾ। ਇਹ ਹਾਲਤ ਪਤਾ ਕਿਉਂ ਆਉਂਦੀ ਆ? ਨਾਮ ਨਹੀਂ ਹੈਗਾ ਜੀ, ਬੰਦਗੀ ਨੀ ਕੋਈ ਕਰਨ ਦਿਆ, ਸ਼ੁਕਰ ਕਰਿਆ ਕਰੋ ਤੁਸੀਂ। ਤੇ ਉਹ ਕਹਿੰਦਾ ਵੀ ਜਦੋਂ ਮੈਂ ਉਤਰਿਆ ਟ੍ਰੇਨ ਤੋਂ ਤੇ ਮੈਂ ਉਹਨੂੰ ਰਕਸ਼ੇ ਵਾਲੇ ਨੂੰ ਸੁੱਤੇ ਵੇਖਿਆ ਤੇ ਕਹਿੰਦਾ 10 ਮਿੰਟ ਤੇ ਮੈਂ ਵਿਹਲਾ ਰਿਹਾ, ਮੇਰਾ ਜੀ ਨਾ ਕੀਤਾ। ਤੇ ਨਾਲੇ ਕਹਿੰਦਾ ਮੈਨੂੰ ਇਸ ਚੀਜ਼ ਦੀ ਹੈਰਾਨੀ ਹੋਈ ਕਿ ਮੈਂ ਕਰੋੜਪਤੀ ਬੰਦਾ ਵਾਂ, ਰੋਜ਼ ਦਾ ਲੱਖਾਂ ਦੀ ਡੀਲਿੰਗ ਕਰਨੀ, ਬੜੇ ਬੜੇ ਵੱਡੇ ਲੋਕ ਜਿਹਨਾਂ ਨੂੰ ਇੱਕ ਇੱਕ ਦਿਨ ਦਾ 10-10 ਲੱਖ ਰੁਪਈਆ ਆਉਂਦਾ ਇੱਕ ਦਿਨ ਦਾ,
ਤੇ ਮਹਾਰਾਜ ਨੇ ਬਾਣੀ ਚ ਕੀ ਲਿਖਿਆ, ਵੱਡੇ ਵੱਡੇ ਜੋ ਦੀਸੈ ਲੋਕ ਤਿੰਨਕੋ ਵਿਆਪੈ। ਤੇ ਹੁਣ ਜਦ ਗੁਰੂ ਗ੍ਰੰਥ ਸਾਹਿਬ ਝੂਠ ਥੋੜਾ ਮਾਰਦੇ ਹੋਣੇ, ਹਾਏ ਸੱਚ ਲਿਖਿਆ। ਉਹ ਕਹਿੰਦਾ ਵੀ 10 ਮਿੰਟ ਮੈਂ ਰੁਕਿਆ ਰਿਹਾ, ਫਿਰ ਹੋਰ ਕੋਈ ਰਕਸ਼ੀਏ ਦਾ ਹੈ ਨਹੀਂ ਸੀ ਪ੍ਰਬੰਧ, ਤੇ ਉਹ ਹੀ ਇਕੱਲਾ ਸੀ। ਉਹਨੂੰ ਮੈਂ ਕਹਿੰਦਾ ਹਲਾਇਆ ਚੰਗੀ ਤਰ੍ਹਾਂ, ਫਿਰ ਉਹ ਉੱਠਿਆ। ਤੇ ਜਦੋਂ ਉੱਠਿਆ ਤੇ ਕਿਸੇ ਗੂੜੀ ਨੀਂਦ ਚ ਉੱਠਿਆ ਉਹ, ਤੇ ਉੱਠਦਿਆਂ ਕਹਿੰਦਾ ਬਾਬੂ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕਿੱਥੇ ਜਾਣਾ, ਕਿਹਦੇ ਸ਼ਹਿਰ ਜਾਣਾ? ਕਹਿੰਦੇ ਵੀ ਮੈਨੂੰ ਤਾਂ ਅੱਖ ਲੱਗ ਗਈ, ਜੇ ਤੁਹਾਡਾ ਹੁਕਮ ਹੋਵੇ ਤੇ ਮੈਂ 2 ਪ੍ਰਸ਼ਾਦੇ ਨਾ ਛੱਡ ਲਾ, ਵੀ ਮੇਰੇ ਫਿਰ ਘਰੋਂ ਝਿੜਕਾਂ ਪੈਣੀਆਂ ਏ। ਉਹ ਸੇਠ ਨੇ ਆਪਣੀ ਕਹਾਣੀ ਨਾ ਅਖਬਾਰ ਦੇ ਵਿੱਚ ਦਿੱਤਾ ਸੀ, ਦੇਖ ਬੜਾ ਸਮਾਂ ਪਹਿਲਾਂ ਇੱਥੇ ਅਖਬਾਰ ਪਈ, 4 ਸਾਲ ਤੋਂ ਅੱਜ ਯਾਦ ਆ ਗਈ ਸਕੂਲ ਤੋਂ। ਤੇ ਉਹ ਬੰਦੇ ਨੇ ਆਪ ਕਹਾਣੀ ਲਿਖੀ, ਕਹਿੰਦਾ ਵੀ ਮੇਰੀ ਅੱਡ ਬੀਤੀ ਆ। ਕਹਿੰਦਾ ਵੀ ਮੈਂ ਆਖਿਆ ਖਾਲਾ ਹੁਣ ਇਹ ਸਿੱਖਣਾ, ਤੁਸੀਂ ਆਪਣੀ ਜ਼ਿੰਦਗੀ 'ਚ ਰਸ ਭਰ ਲਓ ਤਕੜੇ ਹੋ, ਇਹ ਸਮਝ ਲਓ ਵੀ ਤੁਹਾਨੂੰ ਮਹਾਰਾਜ ਨੇ ਬੜੀ ਮਿਹਰ ਕਰਕੇ ਆਪਣੇ ਗੱਲ ਨਾਲ ਲਾਇਆ ਜੀ, ਨਹੀਂ ਤੇ ਦੁਨੀਆ ਦਾ ਹਾਲਾਤ ਬੜੇ ਮਾੜੇ ਜੇ ਗੁਰੂ ਕੋ। ਤੇ ਇੱਕ ਗੱਲ ਕਦੇ ਵੀ ਭੁੱਲ ਕੇ ਆਪਦੀ ਦਿਲ ਦੀ ਡਾਇਰੀ ਤੇ ਲਿਖ ਲਓ ਵੀ ਪੈਸੇ ਨਾਲ ਕਦੇ ਸੁੱਖ ਨਹੀਂ ਜੇ ਮਿਲਦਾ, ਤੇ ਪੈਸੇ ਨਾਲ ਕਦੇ ਖੁਸ਼ੀਆਂ ਖਰੀਦੀਆਂ ਨਹੀਂ ਜੇ ਜਾਂਦੀਆਂ। ਅੱਜ ਡਾਇਰੀ ਤੇ ਪੱਕਾ ਚੜ੍ਹਾ ਲਓ, ਅਸੀਂ ਗਰੀਬੀ ਵੀ ਬੜੀ ਵੇਖੀ ਆ, ਮਹਾਰਾਜ ਨੇ ਅੱਜ ਸਭ ਕੁਝ ਦਿੱਤਾ ਤੇ ਪ੍ਰਗਤੀ ਕਰ ਜੇ ਹੈ ਨਹੀਂ ਜੇ ਕੁਝ ਇੱਥੇ ਆ, ਸ਼ੁਕਰ ਕਰੋ ਝੋਲੀਆਂ ਭਰ ਲੈਂਦੇ ਜੇ ਸਾਰੇ। ਕਹਿਣ ਦਾ ਭਾਵ ਉਹ ਕਹਿੰਦਾ, ਮੈਂ ਕਿਹਾ ਵੀ ਛੱਡ ਲਾ। ਕਹਿੰਦਾ ਵੀ ਉਹਨੇ ਪੌਣਾ ਖੋਲਿਆ ਨਾ, ਇਹ ਗਾਂਹ ਵੀ ਸੁਣਾਇਆ ਕਰੋ, ਤੁਸੀਂ ਕਿੰਨੇ ਜਾਣੇ ਬੈਠੇ ਜੇ, ਤੇ ਚੇਤਾ ਵੀ ਰੱਖਿਆ ਕਰੋ। ਵੰਡੀ ਦਾ ਹੁੰਦਾ ਚੰਗੀ ਚੀਜ਼ ਨੂੰ, ਜੇ ਲੱਡੂ ਵੰਡਦੇ ਜੇ, ਬਰਫੀ ਵੰਡਦੇ ਜੇ, ਸੂਟ ਵੰਡਦੇ ਜੇ, ਤੇ ਗਿਆਨ ਵੀ ਵੰਡਿਆ ਜਾ। ਜੇ ਤੁਹਾਡੇ ਘਰੇ ਭੈਣ ਭਰਾ ਆਉਂਦੇ ਇੱਦਾਂ ਸਾਖੀ ਸੁਣਾਉਂਦੇ ਅਗਲਾ, ਕਹੂ ਤੁਸੀਂ ਭੈਣ ਜੀ ਕਿੰਨੇ ਚੰਗੇ ਹੋ, ਵੀਰ ਜੀ ਤੁਸੀਂ ਕਿੱਥੇ, ਤੁਸੀਂ ਫਿਰ ਆਪਦੇ ਪਿਓ ਦਾ ਨਾਂ ਲੈਣਾ ਵੀ ਅਸੀਂ ਬੌਲੀ ਸਾਹਿਬ ਜਾਂਦੇ ਹਾਂ, ਤੇ ਨਾਲੇ ਉਹਦੀ ਜੈ ਜੈਕਾਰ ਤੇ ਨਾਲੇ ਤੁਹਾਡੀ ਹੋਣੀ, ਬੋਲੋ ਵਾਹਿਗੁਰੂ। ਸੋ ਇਸ ਕਰਕੇ ਦਰਬਾਰ ਬੜਾ ਭਾਗਾ ਵਾਲਾ, ਇਹ ਸੱਚੀ ਗੱਲ ਜੀ। ਮੈਂ ਕਹਿੰਦਾ ਹੁੰਦਾ ਮਹਾਰਾਜ ਸਾਨੂੰ ਵੀ ਸੱਜੂ, ਹੁਣ ਕਹੀਦਾ ਮਹਾਰਾਜ ਸੱਚੇ ਪਾਤਸ਼ਾਹ ਨੀਂਦ ਵੀ ਆ ਲੈਂਦੇ ਥੱਕ ਵੀ, ਤੂੰ ਮਹਾਰਾਜ ਕਿਰਪਾ ਕਰਨੇ ਬੜੀਆਂ ਰਹਿਮਤਾਂ ਜੀ ਇਸ ਧਰਤੀ ਤੇ। ਉਹ ਕਹਿੰਦਾ ਵੀ ਮੈਨੂੰ ਸਕੂਨ ਜਿਹਾ ਮਿਲਿਆ। ਮੈਂ ਕਹਿੰਦਾ ਦਰਖਸ਼ੇ ਤੇ ਬਹਿ ਗਿਆ ਤੇ ਉਹਨੇ ਨਾ ਆਪਣੀ ਰੋਟੀ ਵਾਲਾ ਪੌਣਾ ਖੋਲਿਆ, ਜਦੋਂ ਪੌਣਾ ਖੋਲਿਆ 2 ਸੁੱਕੀਆਂ ਰੋਟੀਆਂ ਜਿਨ੍ਹਾਂ ਤੇ ਘਿਓ ਵੀ ਨਹੀਂ ਸੀ ਹੈਗਾ, ਤੇ 1 ਚਾਰ ਦੀ ਫਾੜੀ। ਅਸੀਂ ਵੀ ਉਹ ਦਿਨ ਵੇਖੇ ਪਿਆਰਿਓ, ਪਰ ਸੱਚੀ ਮੈਂ ਹਜ਼ੂਰੀ 'ਚ ਕਹਿੰਦਾ ਜੀ ਉਹ ਦਿਨ ਚੰਗੇ, ਜਿੰਨਾ ਆਨੰਦ ਉਦੋਂ ਆਉਂਦਾ ਸੀ ਨਾ, ਅੱਜ ਭਾਵੇਂ ਥਾਲੀ 5 ਸੌਡੀਆਂ ਪਈਆਂ ਹੁਣ ਸਭ ਕਹਿਣ ਲੱਗਾ ਵੀ ਜ਼ਹਿਰ ਖਾਣ ਦਾ। ਕਿਤੇ ਨਾ ਕਿਤੇ ਬਾਬਾ ਫਰੀਦ ਚੇਤੇ ਆਉਂਦਾ, ਫਰੀਦਾ ਰੁਕੀ ਸੁਖੀ ਖਾਏ ਠੰਡਾ ਪਾਣੀ, ਦੇਖ ਪਰਾਈ ਚੋਰੀ ਸਾਰੇ ਮਾਦਾਰੀ ਕਿੰਨਾ ਪਿਆਰ ਕਰ। ਕਹਿੰਦੇ ਆਨੰਦ ਲਿਆ ਕਰੋ ਜ਼ਿੰਦਗੀ ਦੇ, ਵਾਰ ਵਾਰ ਨਹੀਂ ਮਿਲਣੀ, ਇਹਦੀ ਕਦਰ ਕਰਿਆ ਕਰੋ, ਇਹਦੀ ਕੀਮਤ ਨਾਲ ਨਾਲ ਹੋ ਜਾਓ ਸੰਗਤ ਜੀ। ਬਾਹਰ ਗਰਮੀ ਹੈ, ਸੰਗਤ ਹੋਰ ਪੈ ਜੂ, ਕਹਿਣੋ ਤੁਸੀਂ ਨਾਲ ਨਾਲ ਹੋ ਜਾਓ, ਰਲ ਮਿਲ ਕੇ ਮਹਾਰਾਜ 20-25 ਮਿੰਟ ਹੋਰ ਰਹਿ ਗਏ, ਲਾਹਾ ਲਿਆ ਕਰੋ, ਨਾਮ ਜਪਿਆ ਕਰੋ, ਧੰਨ ਧੰਨ ਤੁਹਾਡੀ ਕਮਾਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉਹ ਕਹਿੰਦਾ ਇਹ ਸਿੱਖਣਾ ਵਾ, ਪਲੀਜ਼ ਬੇਨਤੀ ਜੇ ਇਕੱਲੀ ਸਾਖੀ ਨੂੰ ਮੈਂ ਵੀ ਅਰਦਾਸ ਕਰਦਾ ਮੇਰੀ ਜ਼ਿੰਦਗੀ 'ਚ ਇਹ ਚੀਜ਼ਾਂ ਆ ਜਾਣ, ਤੁਹਾਡੀ 'ਚ ਵੀ ਆ ਜਾਣ ਅੱਜ ਦੀ ਕਥਾ ਖਾਸ। ਉਹ ਸੇਠ ਕਹਿੰਦਾ ਮੈਂ ਰਕਸ਼ੇ 'ਤੇ ਬਹਿ ਗਿਆ। ਕਹਿੰਦਾ ਜਦੋਂ ਉਹਨੇ ਪੌਣਾ ਖੋਲਿਆ ਅਤੇ ਦੋ ਸੁੱਕੀਆਂ ਰੋਟੀਆਂ ਵਿੱਚ ਚਾਰ ਅਤੇ ਪਾਣੀ ਦੀ ਬੋਤਲ, ਕਹਿੰਦਾ ਜਦੋਂ ਉਹਨੇ ਪੌਣਾ ਖੋਲਿਆ ਵਿਵਾਦ ਦੋਤੇ, ਫਿਰ ਉਹਨੇ ਅੱਖਾਂ 'ਤੇ ਛਿੱਟੇ ਮਾਰੇ। ਸਕੂਨ ਅੱਜ ਹੈਗਾ ਕਿਸੇ ਕੋਲ? ਆਪਾਂ ਜੇ ਫਿਰਦੇ ਬਾਹਰਲੇ ਦੇਸ਼ਾਂ ਨੂੰ ਆ ਕਈ ਵੀ ਲਾਈਵ ਸੁਣਦੇ ਫੋਨ ਵੀ ਕਰ ਲੈਂਦੇ ਨੇ, ਬਾਬਾ ਜੀ ਤੁਸੀਂ ਸਾਨੂੰ ਬਹੁਤ ਰਗੜਦੇ ਆ ਆਪਣੇ ਸਤਨਾਮ। ਮੈਂ ਕਿਹਾ ਨਹੀਂ ਪਿਆਰੇ, ਉਹ ਤੁਹਾਡੇ ਪਿਆਰ 'ਚ ਹੀ ਹੈ, ਜੀਂਦੇ ਵੱਸਦੇ ਰਹੋ। ਕਹਿੰਦੇ ਕਈ ਵਾਰੀ ਫਿਰ ਜੀ ਕਰ ਪੈਂਦਾ ਸਿੱਧਾ ਟਰੱਕ ਪੰਜਾਬ ਨੂੰ ਕਰ ਦਈਏ, ਗੜੀ ਰੋਡ ਹੈ ਨਹੀਂ ਨਾ ਸਮੁੰਦਰ। ਬਹੁਤ ਬੱਚੇ ਸੁਣਦੇ ਕਥਾ ਜਿਹੜੇ ਟਰੱਕਾਂ 'ਤੇ ਲਗਾਤਾਰ 18-18 ਘੰਟੇ ਜਿੰਨਾ ਟਰੈਵਲ ਕਰਨੀ, ਕਹਿੰਦੇ ਕਈ ਵਾਰੀ ਕਥਾ ਸੁਣ ਕੇ ਇੱਦਾਂ ਹੁੰਦਾ ਹੁਣ ਵੀ ਰਿਕਾਰਡਿੰਗ ਹੋ ਰਹੀ ਵੀ ਜੀ ਕਰਦਾ ਸਿੱਧਾ ਪੰਜਾਬ ਨੂੰ ਰੋਡ ਹੋਵੇ ਤੇ ਲੈ ਜਾਈਏ। ਆਪਦੀ ਧਰਤੀ ਮਾਂ ਮਾਂ ਹੀ ਹੁੰਦੀ ਗੁਰਮੁਖ, ਕਹਿ ਦਿਓ ਸਤਨਾਮ। ਤੋ ਉਹ ਕਹਿੰਦਾ ਵੀ ਮੈਂ ਵੇਖਿਆ ਵੀ ਉਹਨੇ ਅੱਖਾਂ ਧੋਤੀਆਂ, ਹੱਥ ਧੋਤੇ ਤੇ ਫਿਰ ਉਹਨੇ ਨਾ ਹੱਥ ਜੋੜੇ ਤੇ ਕੋਈ ਪਾਠ ਕੀਤਾ। ਉਹ ਨਹੀਂ ਮੈਨੂੰ ਸੁਣਿਆ ਵੀ ਕੀ ਉਹਨੇ ਪੜ੍ਹਿਆ ਆਪਦੇ ਜੋ ਵੀ ਉਹ ਮੰਨਦਾ ਜੀ। ਕਹਿੰਦਾ ਫਿਰ ਉਹਨੇ ਉਹ ਫੁਲਕਾ ਛਕਿਆ ਤੇ ਬੋਲਿਆ ਨਹੀਂ, ਦੋ ਰੋਟੀਆਂ ਖਾ ਕੇ ਤੇ ਫਿਰ ਉਹਨੇ ਪਾਣੀ ਪੀਤਾ ਮੂੰਹ ਨੂੰ ਤਾਂ ਬੋਤਲ ਕਰਕੇ, ਗਲਾਸ ਵੀ ਨਹੀਂ ਸੀ। ਫਿਰ ਉਹਨੇ ਹੱਥ ਧੋਤੇ ਤੇ ਫਿਰ ਦੋ ਮਿੰਟ ਅੱਖਾਂ ਮੀਟੀਆਂ, ਲੈ ਕੇ ਮੋਢੇ ਤੇ ਡੰਗਰਾਂ ਵਾਲਾ ਪਰਨਾ ਤੇ ਕਹਿੰਦਾ ਚਲੋ ਸੇਠ ਜੀ ਆਪਾਂ ਗਏ। ਕਹਿੰਦਾ ਇਹੋ ਜਿਹਾ ਗਿਆ ਉਹ ਤੇ ਮੈਨੂੰ ਮੰਜ਼ਿਲ ਤੇ ਛੱਡ ਗਿਆ, ਪਰ ਮੇਰੀ ਚੈਨ ਖੋਲੀ ਉਹਨੇ। ਕਹਿੰਦਾ ਮੈਂ ਇਹੋ ਹੀ ਸੋਚੀ ਜਾਵਾਂ, ਗੱਲ ਛੋਟੀ ਨਹੀਂ ਸਾਖੀ ਭਾਵੇਂ ਛੋਟੀ ਸਮਝਿਓ। ਕਹਿੰਦਾ ਮੈਂ ਸਾਰੀ ਰਾਤ ਸੋਚਦਾ ਰਿਹਾ ਮਨਾ ਤੇਰੇ ਕੋਲ ਕਿੰਨੇ ਕਰੋੜਾਂ ਦੀ ਜਾਇਦਾਦ, ਤੂੰ ਕਦੇ ਰੋਟੀ ਖਾਣ ਲੱਗਿਆ ਹੱਥ ਨਹੀਂ ਧੋਤੇ, ਕਾਲੀ ਚਾਹੀਦਾ ਨਾ, ਕਦੇ ਤੂੰ ਜੋੜੇ ਨਹੀਂ ਹੱਥ ਵੈਸੇ ਕੁਦਰਤ ਕਹਿੰਦੀ ਚਿੜੀਆਂ ਕਾਂ ਮੱਝਾਂ ਗਾਵਾਂ ਮੇਲੋ ਜਦੋਂ ਵੀ ਚੋਗਾ ਚੁਗਦੀਆਂ ਪੱਠੇ ਖਾਂਦੀਆਂ ਤੇ ਸਿਰ ਵਾਰ ਵਾਰ ਚਿੜੀ ਚੋਗਾ ਚੁਗਦੀ ਸਿਰ ਝੁਕਾਉਂਦੀ, ਇੱਕ ਆ ਬੰਦਾ ਹੀ ਇੰਨੇ ਪਦਾਰਥ ਖਾਂਦਾ ਕਿਤੇ ਇਹਦੇ ਹੱਥ ਨਹੀਂ ਜੁੜਦੇ ਰੋਟੀ ਖਾਣ ਲੱਗਿਆ। ਹੁਣ ਤੁਸੀਂ ਸੁਣ ਲਿਓ ਤੇ ਚੇਤਾ ਰੱਖਿਓ, ਜਦੋਂ ਫੁਲਕਾ ਖਾਣਾ ਮੂਲ ਮੰਤਰ ਦੇ ਪੰਜ ਪਾਠ ਜ਼ਰੂਰ ਕਰਿਆ, ਇਹ ਤੁਹਾਡਾ ਭਲਾ ਆਪਣਾ, ਕਿਉਂਕਿ ਉਹ ਪ੍ਰਸ਼ਾਦਾ ਅੰਮ੍ਰਿਤ ਬਣ ਜਾਊਗਾ। ਜਦੋਂ ਅੰਦਰ ਜਾਊਗਾ ਤੇ ਫਿਰ ਇਹ ਨਹੀਂ ਕਹੋਗੇ ਮੇਰਾ ਜੀ ਕਰਦਾ ਮੈਂ ਕੁਝ ਖਾ ਲਾਂ। ਉਹ ਬੱਚੇ ਨੇ ਦਰਦ ਦੱਸਿਆ ਆਪਣਾ, ਇਹ ਸਾਰਿਆਂ ਦੇ ਵਿੱਚ ਚੀਜ਼ ਵਰਤ ਰਹੀ ਜੇ ਬਹੁਤਿਆਂ ਘਰਾਂ 'ਚ, ਇੱਕ ਜੀ ਦੂਜੇ ਨੂੰ ਵੇਖਣਾ ਕਲੇ ਕਲੇਸ਼ ਰਹਿੰਦੀ ਹੈ ਤੇ ਫਿਰ ਆਪਾਂ ਕਿੱਧਰ ਤੁਰ ਪੈਂਦੇ ਸਿਆਣੇ ਤੇ। ਉਹ ਕਹਦਾ ਸਿਆਣਾ ਉਹਦੇ ਆਪ ਕਮਲਾ, ਉਹਦੇ ਤੇ ਆਪਦੇ ਘਰੇ ਖੜਕਣ ਦੀ ਬੋਲੋ ਵਾਹਿਗੁਰੂ, ਫਿਰ ਉਹਨੇ ਤੁਹਾਨੂੰ ਹੋਰ ਕਿਸੇ ਪਾਸੇ ਪਾ ਦੇਣਾ ਜੀ ਤੇ ਐਵੇਂ ਨਾ, ਕਿਉਂਕਿ ਚੱਕਰ ਸਾਰਾ ਤੁਹਾਡੇ ਅੰਦਰ ਦਾ ਹੀ ਹੈ। ਘਰ ਸੁੱਖ ਵਸਿਆ ਵੀ ਜਿਹੜੀ ਰੋਟੀ ਪਾਣੀ ਤੜਕੇ ਨੇਤਨੇਮ ਤੁਸੀਂ ਆਟੋਮੈਟਿਕ ਹੀ ਤੁਸੀਂ ਹੱਸੀ ਜਾਣਾ ਬਿਨਾਂ ਗੱਲ ਤੋਂ, ਇਹੋ ਜਿਹਾ ਸੁਭਾਅ ਬਣ ਜਾਣਾ ਤੁਹਾਡਾ, ਕਿਉਂਕਿ ਆ ਮੱਥੇ ਦੀ ਤੇੜੀ ਜ਼ਿਆਦਾ ਵੱਧ ਰਹੀ ਅੱਜ, ਕਲੇਸ਼ਾਂ ਵੱਧ ਰਹੀਆਂ, ਗੁਰੂ ਘਰ 'ਚ ਵੀ ਲੜਾਈ ਹੋ ਜਾਂਦੀ, ਡਰ ਲੱਗਦਾ ਪਤਾ ਨਹੀਂ ਕਿੰਨੇ ਕਿਹੜੇ ਵੇਲੇ ਉੱਠ ਕੇ ਕੀ ਕਹਿ ਦੇਣਾ, ਸੜੇ ਵੇਲੇ ਤੇ ਪਏ ਅੱਖ ਹੋਏ। ਸਾ ਧਰਤੀ ਪਈ ਹਰਿਆਵਲੀ ਸੇ ਜੰਤ ਪਏ ਹਰਿਆਵਲੇ,
ਕਹਿੰਦਾ ਵੀ ਮੈਂ ਬੜਾ ਹੈਰਾਨ ਹੋਇਆ ਮਨਾ, ਕਾਹਦਾ ਤੂੰ ਫੋਰਚੂਨਰ ਗੱਡੀਆਂ ਲਈ ਫਿਰਦਾ, ਤੇਰੇ ਤੋਂ ਤੇ ਰਕਸ਼ਾ ਹੀ ਚੰਗਾ। ਕਹਿੰਦਾ ਵੀ ਜਿੱਡੀ ਗੂੜੀ ਨੀਂਦ ਚ ਸੁੱਤਾ ਸੀ, ਮੈਨੂੰ 40 ਸਾਲ ਹੋ ਗਏ ਕਦੇ ਨਹੀਂ ਆਈ। ਦੂਸਰਾ ਇਹਦੀ ਰੋਟੀ ਸੁੱਕੀ ਸੀ ਪਰ ਉਹਨੇ ਜਦੋਂ ਖਾਧੀ ਤੇ ਭੁੱਖ ਮੇਰੀ ਲੈ ਗਈ। ਇਹਦਾ ਇਸੇ ਤਰ੍ਹਾਂ ਫਿਰ ਮੈਂ ਨਾ ਜਿਹੜੇ ਮਹਾਤਮਾ ਕੋਲ ਜਾਂਦਾ ਸੀ ਜਿਨ੍ਹਾਂ ਨੂੰ ਉਹ ਮੰਨਦੇ ਸੰਗਤ ਕਰਦਾ, ਕਹਿੰਦਾ ਇਹ ਸਾਰੀ ਕਹਾਣੀ ਮੈਂ ਅਖਬਾਰ ਤੇ ਵੀ ਦੇ ਰਿਹਾ ਤੇ ਮੈਂ ਆਪਦੇ ਮਹਾਂਪੁਰਖਾਂ ਨਾਲ ਸਾਂਝੀ ਕੀਤੀ ਜਿਹੜੇ ਸਤਸੰਗ ਕਰਾਉਂਦੇ, ਕਿਉਂਕਿ ਸਾਰੇ ਆਪੋ ਆਪਣੇ ਪਿਆਰ ਤੇ ਜੁੜੇ ਜਿੱਥੇ ਜਾਂਦੇ। ਹੁਣ ਆਪਣਾ ਪਿਓ ਗੁਰੂ ਅਰਜਨ ਸਾਹਿਬ ਆ, ਆਪਾਂ ਬਾਲੀ ਸਾਹਿਬ ਦੁੱਖ ਹੋਵੇ ਸੁੱਖ ਹੋਵੇ ਬਾਪੂ ਕੋਲੇ ਆਉਣਾ। ਹੋ ਆਇਆ ਦੂਰੋਂ ਮੈਂ ਤੱਕੀ, ਮੈਂ ਆਸਾਂ ਰੱਖੀ ਮੇਰਾ ਸੰਗੋ। ਕਹਿੰਦੇ ਮੈਂ ਮਹਾਂਪੁਰਖਾਂ ਨੂੰ ਇਹ ਘਟਨਾ ਦੱਸੀ, ਬਾਬਾ ਜੀ ਮੈਨੂੰ ਹੱਲ ਦੱਸੋ, ਮੇਰੇ ਕੋਲ ਇੰਨੀ ਜਾਇਦਾਦ ਪੈਸਾ ਜੀ ਤੇ ਮੇਰੇ ਘਰ ਕਲੇ ਰਹਿੰਦੀ ਨਾ, ਮੈਨੂੰ ਦਿਨੇ ਚੈਨ ਆਉਂਦਾ, ਰਾਤ ਨੂੰ ਨੀਂਦ ਨਹੀਂ ਵੀ ਆਉਂਦੀ ਤੇ ਰੋਟੀ ਮੈਨੂੰ ਜ਼ਹਿਰ ਲੱਗਦੀ ਜੇ ਤੇ ਅੱਜ ਆਹ ਘਟਨਾ ਘਟੀ ਤੇ ਉਹ ਬੰਦੇ ਦੇ ਤੇ ਮੇਰਾ ਅੰਦਰ ਹੀ ਖਿੱਚ ਲਿਆ। ਇੰਨਾ ਸੁੱਖ ਉਹਦੇ ਕੋਲ, ਇੰਨਾ ਆਨੰਦ ਵੀ ਰਕਸ਼ੇ ਦੇ ਉੱਤੇ ਲੱਤਾਂ ਕਿਤੇ ਪਈਆਂ ਤੇ ਧੌਣ ਤੇ ਸੁੱਤਾ, ਇੰਨੀ ਨੀਂਦ ਨਾ, ਆਹ ਸਪਰਿੰਗਾਂ ਵਾਲੇ ਬੈਡ ਤੇ ਨੀਂਦ ਨਹੀਂ ਆਉਂਦੀ। ਫਿਰ ਸਾਧ ਸੰਗਤ ਜੀ ਮਾਫੀ ਦੇ ਹੱਥ ਜੋੜੇ ਗੁੱਸਾ ਨਾ ਕਰਿਓ। ਫਿਰ ਉਹਨਾਂ ਮਹਾਂਪੁਰਖਾਂ ਨੇ ਕਿਹਾ ਵੀ ਸੇਠ ਜੀ ਉਹਨੂੰ ਨੀਂਦ ਤੇ ਰੋਟੀ ਪਤਾ ਕਿਉਂ ਸੁੱਕਦੀ ਆ, ਉਹ 20 ਰੁਪਈਏ ਤੇ ਤੋਂ ਲਏ ਉਹਨੇ ਤੇ 6 ਕਿਲੋਮੀਟਰ ਰਕਸ਼ਾ ਚਲਾਇਆ। 20 ਰੁਪਈਆਂ 'ਚ 6 ਕਿਲੋਮੀਟਰ ਗਰਮੀ 'ਚੋਂ ਤੈਨੂੰ ਲੱਗਿਆ, ਉਹਦੇ ਪੈਰਾਂ ਤੋਂ ਸਿਰ ਤੱਕ ਪਸੀਨਾ ਚੋ ਗਿਆ ਤੇ ਤੂੰ 2.5 ਕੁਇੰਟਲ ਦਾ ਉੱਤੇ ਚੜ੍ਹ ਕੇ ਬੈਠੀ ਤੇ ਫਿਰ ਤੂੰ ਕਿੰਨੇ ਪੈਸੇ ਦਿੱਤੇ ਉਹਨੂੰ? ਕਹਿੰਦਾ ਜੀ 20। ਕਹਿੰਦਾ ਫਰਕ ਇੰਨਾ ਹੈ ਉਹਦੇ 20 ਤੇਰਾ 20 ਲੱਖ। ਕਹਿੰਦਾ ਸੱਚ ਹੈ ਜੀ? ਕਹਿੰਦਾ ਉਹਦੇ 20 ਤੇਰਾ 20 ਲੱਖ, ਪਰ ਤੂੰ ਉਹਦੇ ਨਾਲੋਂ ਘਟੀਆ ਜ਼ਿੰਦਗੀ ਜੀ ਰਿਹਾ। ਤੇਰੀ ਜ਼ਿੰਦਗੀ 'ਚ ਪਿਆਰ ਹੈ ਨਹੀਂ, ਮੁਹੱਬਤ ਹੈ ਨਹੀਂ, ਸਕੂਨ ਹੈ ਨਹੀਂ, ਭਗਤੀ ਹੈ ਨਹੀਂ, ਸੇਵਾ ਹੈ ਨਹੀਂ, ਸਿਮਰਨ ਉਸ ਬੰਦੇ ਦੇ ਕੋਲੇ ਸਾਰੀਆਂ ਚੀਜ਼ਾਂ। ਤੇ ਰਹੀ ਗੱਲ ਵੀ ਜਿਹੜੀ ਤੂੰ ਆਪਣੀ ਜਾਇਦਾਦ ਬਣਾਈ, ਇਹ ਗੱਲ ਦਾ ਕਈ ਗੁੱਸਾ ਕਰ ਜਾਂਦੇ ਮੇਰੇ ਵੀਰ ਭੈਣ। ਉਹ ਕਹਿੰਦਾ ਵੀ ਜਿਹੜੇ ਪੈਸੇ ਆਪਾਂ ਘਰਾਂ 'ਤੇ ਲਾਏ ਆ ਜਾਂ ਘਰ ਦੇ ਸਮਾਨ 'ਤੇ, ਗੁਸਤਾਖੀ ਮਾਂ, ਕਿਤੇ ਨਾ ਕਿਤੇ ਮੇਰੇ ਵੀਰੋ ਭੈਣੋ ਆਪਣੇ ਤੋਂ ਕੁਛ ਗਲਤ ਹੋਇਆ ਹੁੰਦਾ। ਉਹ ਪੈਸੇ ਜਦੋਂ ਆਪਣੇ ਘਰ 'ਚ ਲੱਗਦੇ ਆ ਤੇ ਉਹ ਆਪਣੀ ਔਲਾਦ ਦੇ ਉੱਤੇ ਪੈਂਦੇ ਆ, ਇਹ ਗੱਲ ਚੇਤੇ ਰੱਖ ਲਿਓ, ਖੋਜ ਲਿਓ। ਮੈਂ ਸਾਂਝਾ ਸਾਰਿਆਂ ਦਾ ਕਿ ਜੋ ਅੱਜ ਮੈਂ ਕਰੂੰਗਾ ਨਾ ਇਹ ਸਿਧਾਂਤ ਜੇ ਉਹ ਮੇਰੇ ਬੱਚੇ ਨੂੰ ਦੇਣਾ ਪੈਣਾ, ਇਹ ਮੈਂ ਪ੍ਰਤੱਖ ਵੇਖਿਆ ਕਈਆਂ ਪਰਿਵਾਰਾਂ 'ਚ। ਤੇ ਇਹਨੂੰ ਦਿਲੋਂ ਲਿਓ ਕਿ ਜੇ ਤੁਸੀਂ ਆਪਦੇ ਬੱਚਿਆਂ ਲਈ ਫਸਲ ਬੀਜੋਗੇ ਨਾ ਅੰਮ੍ਰਿਤ ਦੀ ਤੇ ਅੰਮ੍ਰਿਤ ਹੀ ਛਕਣਗੇ, ਤੇ ਜੇ ਮੁਰਗੋ ਜ਼ਹਿਰ ਬੀਜ ਲਿਆ ਨਾ, ਠੀਕ ਤੁਹਾਡਾ ਜੀਵਨ ਸਾਥੀ ਕੋਈ ਕਮਾਈ ਵਾਲਾ ਹੋਵੇ, ਤੁਹਾਡੀ ਕੋਈ ਮਾਂ ਕੋਈ ਪਿਓ ਘਰ 'ਚ ਮਾਲਾ ਫੇਰਦਾ, 100 ਵਾਰਾਂ ਤੁਹਾਨੂੰ ਬਚਾ ਜੇ ਵੱਖਰੀ ਗੱਲ। ਕਿਉਂਕਿ ਬਾਣੀ ਕਹਿੰਦੀ ਜਿਨੀ ਨਾਮ ਧਿਆਇਆ ਗਏ ਸਖਤ ਕਾਲ ਨਾਨਕ ਦੇ, ਹੋਰ ਕਮਾਈ ਵਾਲੇ ਬਚਾ ਜਾਂਦੇ ਹੀ ਤੇ ਕਈਆਂ ਨੂੰ ਬਚਾਈ ਜਾਂਦੇ ਜੇ ਉਹਨਾਂ ਦਾ ਜੀਵਨ ਸਾਥੀ ਭਗਤੀ ਵਾਲਾ ਵਾ ਜਾਂ ਘਰ 'ਚ ਕੋਈ ਮਾਂ ਬੈਠੀ ਉਹਦੀ ਮਾਲਾ ਚੱਲ ਰਹੀ ਤੇ ਕੰਮ ਵਧਿਆ ਆਉਂਦਾ ਹੀ। ਨਹੀਂ ਤੇ ਗੁਰਮੁਖੋ ਮਹਾਰੇ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ। ਇਹ ਖੇਡ ਜੇ ਇਹ ਸਾਖੀ ਨੂੰ ਬਿਲਕੁਲ ਪਿਆਰ ਨਾਲ ਸਮਝੋ। ਇਹ ਬੜੀ ਪਿਆਰੀ, ਉਸ ਮਹਾਂਪੁਰਖ ਨੇ ਉਸ ਸੇਠ ਨੂੰ ਆਖਿਆ ਵੀ ਪੁੱਤ ਸਿਆਣਾ ਬਣ ਗਿਆ, ਜ਼ਿੰਦਗੀ ਛੋਟੀ ਜੀ ਆ, ਇਹਨੂੰ ਜੀ ਲਓ,
ਇਹਦੇ 'ਚ ਕੁਝ ਸਿੱਖ ਲਓ। ਇਹ ਸਾਖੀ ਜੇ ਬੰਦਾ ਧਿਆਨ ਨਾਲ ਸੁਣ ਲਏ ਤਾਂ ਮੈਨੂੰ ਲੱਗਦਾ ਵੀ ਕਥਾ ਬਾਕੀ ਸੁਣਨ ਦੀ ਲੋੜ ਨਹੀਂ ਮੈਂ। ਪਰ ਚਲੋ ਆਪਾਂ ਰੋਜ਼ ਦੀ ਰੋਜ਼ ਨਵੇਂ ਨਵੇਂ ਚੈਪਟਰ ਖੋਲਦੇ ਹਾਂ ਤੇ ਬੜਾ ਪਿਆਰ ਮੰਨਦਾ, ਕਿਉਂਕਿ ਬਾਣੀ ਕਹਿੰਦੀ ਗੁਰਾ ਇੱਕ ਦੇਹ ਬੁਝਾਈ, ਬਾਣੀ ਕਹਿੰਦੀ ਮਤ ਵਿੱਚ ਰਤਨ ਅੱਗੇ ਕਹਿੰਦੇ ਇੱਕ ਸਾਖੀ ਸੁਣ ਲਾ ਗੁਰੂ ਜੀ। ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਵੀ ਜਿੰਨੇ ਜੁੜਨਾ ਨਾ ਉਹਨੂੰ ਇੱਕ ਚੀਜ਼ ਹੀ ਬਣੀ। ਹੁਣ ਬਾਬਾ ਨਾਨਕ ਜੀ ਜਿੱਥੇ ਜਾਂਦੇ ਰਹੇ ਇੱਕ ਦਿਨ ਗਏ ਨਾ ਕਿਤੇ ਅੱਧੀ ਘੜੀ, ਕਈਆਂ ਪਿਆਰ ਵਾਲਿਆਂ ਕੋਲ ਰਹਿੰਦੇ ਰਹੇ ਪੰਜ ਸੱਤ ਦਿਨ, ਤੇ ਜੋ ਕਹਿ ਆਏ ਮਗਰੋਂ ਸੰਗਤਾਂ ਨੇ ਕਮਾ ਲਿਆ। ਅੱਜ ਕੀ ਟ੍ਰੈਂਡ ਚੱਲਿਆ ਵਾ ਵੀ ਅੱਜ ਬਦਲ ਬਦਲ ਕੇ ਆਪਾਂ ਭੋਗਾਂ ਤੇ ਜਾਂਦੇ ਰਹਿੰਦੇ, ਪ੍ਰੋਗਰਾਮਾਂ ਤੇ ਰਾਗੀ ਜਥੇ ਢਾਡੀ ਕਿੰਨੇ ਸੁਣਦੇ ਹਾਂ, ਕਥਾਵਾਚਕ ਕਿੰਨੇ ਮਨਜੀਤ ਸਾਹਿਬ ਬਦਲ ਬਦਲ ਕੇ ਲੱਗਦਾ ਕਥਾਵਾਚਕ, ਰੋਜ਼ ਨਵਾਂ ਹੁੰਦਾ ਬੰਗਲਾ ਸਾਹਿਬ ਵੀ ਚੀਸਗੰਜ। ਪਰ ਸਾਡੇ ਲੋਕਾਂ ਨੂੰ ਕੰਨ ਰਸ ਪੈ ਗਿਆ, ਰਸ ਲੈ ਲਿਆ ਗੱਲਾਂ ਦਾ, ਜ਼ਿੰਦਗੀ 'ਚ ਫੋਲੋ ਨਹੀਂ ਕੀਤਾ ਪ੍ਰੋਗਰਾਮ, ਤੇ ਜਿੰਨਾ ਚਿਰ ਫੋਲੋ ਨਹੀਂ ਕਰਦੇ ਉਹਨਾਂ ਚਿਰ ਕਥਾ ਕਰਨ ਵਾਲਾ ਵੀ ਜੀਰੋ ਤੇ ਸੁਣਨ ਵਾਲੇ ਵੀ। ਬਾਬਾ ਸੁਖਰੇਸ਼ਾ ਕਹਿ ਕੇ ਗਏ ਕਹਿੰਦੇ ਉਹੋ ਜੇ ਕਰਨ ਵਾਲੇ ਦੇ ਉਹੋ ਜੇ, ਤੇ ਉਹ 'ਚ ਗਾਲਾਂ ਵੀ ਕੱਢ ਗਏ ਦੋ ਚਾਰ, ਤੇ ਮਹਾਰਾਜ ਕਹਿੰਦੇ ਉਹ ਇਹ ਕੀ ਕਿਹਾ, ਕਹਿੰਦਾ ਮਹਾਰਾਜ ਇਹ ਸਵਾਦ ਲੈਣੀ ਆਉਂਦੀ, ਸੁਣਾਉਣ ਵਾਲਾ ਵੀ ਕਰੀ ਜਾਂਦਾ, ਸੁਣਨ ਵਾਲੇ ਮਨ ਦਾ ਕੋਈ ਨਹੀਂ। ਮੰਨਣ ਦੇ ਉੱਤੇ ਜਾ ਕੇ ਸਾਰੇ ਜਿੱਦਾਂ ਉਹ ਦੀਵਾਲੀ 'ਤੇ ਪਟਾਕਾ ਫੁੱਸ ਕਰ ਜਾਂਦਾ ਨਾ, ਤੇ ਕਹਿੰਦੇ ਤੇ ਚੱਲਿਆ ਹੀ ਨਹੀਂ, ਕਹਿੰਦੇ ਪੁੱਤ ਜਿੰਨਾ ਮਰਜ਼ੀ ਲਾਲਾ ਹੁਣ ਨਹੀਂ ਚੱਲਣਾ, ਇਹ ਖੁਸ਼ ਹੋ ਗਿਆ। ਉਹ ਗੱਲ ਸਾਡੀ ਆ, ਸਾਡਾ ਗੁਰੂ ਬਹੁਤ ਗਿਆਨ ਦਿੰਦਾ, ਪਰ ਜਦੋਂ ਸਾਡੇ ਘਰਾਂ 'ਚੋਂ ਸਮਾਂ ਆਉਂਦਾ ਅਸੀਂ ਫਿਰ ਕਈ ਵਾਰੀ ਕਈਆਂ ਨੂੰ ਆਖੀਦਾ ਵੀ ਮਰੇ ਬੰਦੇ ਨੂੰ ਮੱਥਾ ਨਾ ਟੇਕਿਆ ਕਰੋ, ਤੇ ਜਿਹੜੀ ਕਥਾ ਸੁਣਦੀ ਉਹ ਵੀ ਹੌਲੀ ਜੀ ਮੈਂ ਅਰਦਾਸ ਕਰਨ ਜਾਂਦਾ, ਉਹ ਵੀ 100 ਦਾ ਨੋਟ ਕੱਢ ਕੇ ਮੁਰਦੇ ਦੇ ਪੈਰਾਂ 'ਚ ਕਢਾਪਾ ਰੱਖ ਦਿੰਦੇ ਵੀ ਤੂੰ ਰੋਜ਼ ਇਸ ਬੋਲੀ ਸਾਹਿਬ ਕਥਾ ਸੁਣੀ, ਤੂੰ ਕਾਹਤੋਂ ਮੱਥਾ ਟੇਕਿਆ। ਜਦੋਂ ਗੁਰਬਾਣੀ ਕਹਿੰਦੀ ਜੇ ਮ੍ਰਿਤਕ ਕੋ ਚੰਦਨ ਚੜ੍ਹਾਈ ਹੈ, ਇਹ ਗਰੜ ਪੁਰਾਣ ਦੀਆਂ ਪੰਡਤਾਂ ਦੀਆਂ ਗੱਲਾਂ, ਕਿਉਂਕਿ ਉਹਨਾਂ ਨੂੰ ਮਾਇਆ ਮਿਲ ਜਾਂਦੀ ਸੀ। ਸਾਨੂੰ ਮਹਾਰਾਜ ਕਹਿੰਦੇ ਜੀਂਦਿਆਂ ਨੂੰ ਪਿਆਰ ਕਰੋ, ਮਰਿਆਂ ਨੂੰ ਕਾਹਦਾ ਕਰਨਾ ਮਿੱਟੀ ਆ, ਜੀਂਦੇ ਨੂੰ ਪਿਆਰ ਦਿਓ, ਰੁਪਈਆ 10-20 ਹਜ਼ਾਰ ਹੈ ਸੂਟ ਲੈ ਕੇ ਦਿਓ, ਲੋਈ ਲੈ ਦਿਓ ਠੰਡ 'ਚ, ਤੇ ਨੌਂ ਨੂੰ ਚਾਹੀਦਾ 2 ਪ੍ਰਸ਼ਾਦੇ ਗਰਮ ਗਰਮ ਛਕਾਵੇ, ਚਲੋ ਜੇ ਸੱਸ ਚੰਗੀ ਹੋਵੇ, ਜੇ ਮਾੜੀ ਫਿਰ ਰਹਿਣ ਦਿਓ ਵਾਪਸ। ਮੈਂ ਸਾਂਝਾ ਬੰਦਾ, ਮੈਨੂੰ ਲਾਮਾ ਮਿਲ ਜਾਂਦਾ, ਮੈਂ ਤਾਂ ਨਹੀਂ ਖੁੱਲ੍ਹ ਕੇ ਬੋਲਦਾ ਵੀ ਜੇ ਮੈਂ ਵਿਚਾਰੀਆਂ ਬਜ਼ੁਰਗਾਂ ਦੀ ਗੱਲ ਕਰਦਾ ਤੇ ਜਿਹੜੇ ਜੰਗੇ ਉਹ ਢਾਲ, ਉਹ ਕਹਿੰਦੇ ਬਾਬਾ ਤੂੰ ਉਹ ਗੱਲ, ਜੇ ਮੈਂ ਉਹਨਾਂ ਦੇ ਹੱਕ 'ਚ ਬੋਲਦਾ ਤੇ ਬਜ਼ੁਰਗ ਕਹਿੰਦਾ ਮਰ ਜੇ ਤੂੰ ਕਦੇ ਇਹੋ ਜਿਹਾ, ਸਾਡੀ ਉਹ ਮੈਂ ਤਾਂ ਕਿਹਾ ਵਾ ਵੀ ਤਾੜੀ ਦੋਵਾਂ ਥਾਂ ਨਾ, ਮੈਂ ਸਾਂਝਾ ਜਿਹਾ ਰਹਿ ਜਾ, ਆਪਣਾ ਵੀ ਵਿਚਾਰਾਂ ਵੀ ਜੇ ਨੌਂ ਚੰਗੀ ਹੈ ਤੇ ਸੱਸ ਵੀ ਚੰਗੀ ਹੋਵੇ, ਦੋਵੇਂ ਮਿਲ ਕੇ ਰਹਿਣ ਤੇ ਠੀਕ ਆ, ਫਿਰ ਇੱਕ ਦਾ ਥੋੜ੍ਹਾ ਪੱਖ ਲੈ, ਤੇ ਜੇ ਨੌਂ ਕਵੇ ਲੈ ਮਾਂ ਰੋਟੀ ਖਾਲਾ ਤੇ ਮਾਤਾ ਵਿੰਗਾਇਆ ਮੂੰਹ ਕਰਕੇ ਕਵੇ ਅੱਗ ਲਾਈ ਕੱਚੇ ਆ ਵਿੱਚ ਲੂਣ ਨਹੀਂ ਪਾਇਆ, ਤੇ ਫਿਰ ਉਹਨੂੰ ਕਹੇ ਚੱਲ ਆਪੇ ਬਸ। ਉਹ ਇਸ ਕਰਕੇ ਸਿੱਖਿਆ ਗੁਰਦੁਆਰੇ ਗੁਰੂ ਦੁਆਰੇ ਹੋਏ ਸੋਜੀ, ਇਹ ਮੈਂ ਤਾਂ ਮੈਂ ਵੀ ਗ੍ਰਿਸਤੀ ਹਾਂ, ਕਈ ਸੇਵਾ ਕਰਦੇ ਬੱਚੇ ਕਈ ਬਜ਼ੁਰਗ ਬੜੇ ਭੈੜੇ ਆ, ਉਹ ਕਰਾ ਕੇ ਖੁਸ਼ ਨੇ ਵੀ ਜੇ ਤੈਨੂੰ ਬੈਠਿਆ ਸਭ ਕੁਝ ਮਿਲਦਾ ਤੇ ਚੌਂਕੇ 'ਚ ਕੀ ਅੰਬ ਆ, ਉੱਥੇ ਜ਼ਰੂਰ ਜਾ ਕੇ ਵੇਖਣਾ ਕੀ ਧਰਿਆ ਕੀ ਬਣਾਇਆ ਕੱਚਾ ਕੇ ਪੱਕਾ, ਤੂੰ ਆਨੰਦ ਲੈ ਗੁਰਦੁਆਰੇ ਕਥਾ ਸੁਣਾ, ਤੈਨੂੰ ਗੱਡੀ 'ਚ ਛੱਡ ਜਾਂਦੇ ਬੱਚੇ, ਗੱਡੀ 'ਚ ਲੈ ਜਾਂਦੇ ਲੈ, ਫਿਰ ਜਾਣ ਕੇ ਆਪਾਂ ਕਦਰ ਗਵਾਉਣੀ। ਤੇ ਇੱਕ ਹੁੰਦੇ ਆ ਵਾਕਿਆ ਮਜ਼ਬੂਰ ਬੱਚੇ ਮਾੜੇ ਨਹੀਂ ਪੁੱਛਦੇ, ਉਹ ਫਿਰ ਇੰਨਾ ਵੀ ਜਦੋਂ ਮਾਂ ਮਰਦੀ ਉਦੋਂ ਪਰਾਤ ਜੀ ਭਰ ਕੇ ਕਣਕ ਦੀ ਸਿਰਾਣੇ ਰੱਖਦੇ ਆ ਵੀ ਮਾਤਾ ਲੈ ਜੀ ਨਾਲ ਰਾਹ ਚਾਟਾ ਧਿਆਲੀ ਕਿਤੇ ਲੋੜ ਪੈ ਜਾਊਗੀ। ਇਹ ਸਾਰਾ ਕੁਝ ਖੰਡਣਾ ਗੁਰਮੁਖੋ, ਤੇ ਤੁਸੀਂ ਕਥਾ ਸੁਣਦੇ ਜੀ ਵੀ, ਪਰ ਜਦੋਂ ਆਪਾਂ ਜਾਈਦਾ ਇੱਕ ਦੂਜੇ ਦੇ ਮਰਗ ਤੇ ਉੱਥੇ ਸਾਰਾ ਫਿਰ ਇਹੋ ਕੰਮ ਕਰਕੇ ਰੱਖ ਦਿੰਦੇ ਸਾਰੇ, ਮੁਰਦੇ ਦੇ ਮੂੰਹ 'ਚ ਘਿਓ ਨਹੀਂ ਪਾਉਣਾ ਬਾਣੀ ਕਹਿੰਦੀ।
ਉੱਥੇ ਸਾਰੇ ਡੱਬਾ ਚੱਕੀ ਫਿਰਦੇ, ਜਿਉਂਦੇ ਦੇ ਸਿਰ ਚ ਪਾਓ ਫਿਰ ਸੀਸ ਲਓ। ਇਹ ਨਹੀਂ ਮੰਨਦਾ ਕੋਈ। ਮੈਂ ਬੜੀ ਵਾਰ ਇਹ ਬੇਨਤੀ ਕੀਤੀ ਤੇ ਦੁੱਖ ਉਹਨਾਂ ਤੇ ਆਉਂਦਾ ਜਿਹੜੇ ਕਥਾ ਸੁਣ ਕੇ ਤੇ ਫਿਰ ਜਾ ਕੇ ਉੱਥੇ ਕਹਿਣ ਦਿੰਦੇ ਲਿਆਓ ਕਿ ਹੋਏ। ਇਹਨੂੰ ਕਹਿੰਦੇ ਗੁਰੂ ਦੀ ਗੱਲ ਸੁਣ ਲੈਣੀ ਪਰ ਮੰਨਣੀ। ਸੋ ਇਹ ਜ਼ਰੂਰ ਮੇਰੇ ਕਿਰਪਾ ਕਰਿਓ, ਤੁਸੀਂ ਵੱਡੇ ਹੋ, ਇਹ ਵੱਡੇ ਦਾ ਘਰ ਹੈ, ਇੱਥੇ ਜਿਹੜਾ ਵੀ ਆ ਕੇ ਬਹਿ ਗਿਆ ਕਿਤੇ ਲੈ ਜਾਏਗਾ। ਧੰਨ ਮੇਰੇ ਪਾਤਸ਼ਾਹ ਕਿਰਪਾ ਕਰਦੇ ਹਨ। ਮਾਰੇ ਕਹਿੰਦੇ ਸੰਤੋਆ ਜਿਹਦੇ ਮਨ ਚ ਦਇਆ ਹੋਵੇ ਸਦਾ ਹੀ ਅਖ ਸਤਨਾਮ। ਸਮਰਥ ਬੁੱਧੀ ਭਾਵ ਸੋਹਣੀ ਬੁੱਧੀ ਧਾਰਨ ਕਰੇ, ਪਰ ਤਰੇ ਦੇਖਣ ਚੁੱਖ ਹਟਕਾਵੇ। ਤੇ ਕਹਿੰਦੇ ਪਰਾਈ ਔਰਤ ਨੂੰ ਨਹੀਂ ਵੇਖਣਾ ਤੇ ਪਰਾਏ ਮਰਦ ਨੂੰ ਨਹੀਂ ਵੇਖਣਾ। ਇੱਥੇ ਮੇਰੇ ਖਿਆਲ 90% ਆਪਾਂ ਫੇਲ ਹੋ ਜਾਣਾ। ਸਚਾਈ ਕੌੜੀ ਹੈ, ਤੁਹਾਡੇ ਤੋਂ ਮੈਂ ਲਕਾਲੂੰਗਾ, ਤੁਸੀਂ ਮੇਰੇ ਤੋਂ ਲਕਾਲੋਗੇ। ਆ ਜਿਹੜਾ ਬਾਪੂ ਸਾਹਮਣੇ ਬੈਠਾ ਇਹ ਤੋਂ ਨਹੀਂ ਲੁਕਦਾ, ਠੀਕ ਨੀ ਪਿਆਰਿਓ? ਇਹ ਗਲਤੀਆਂ ਜੇ ਆਪਾਂ 95% ਹੈਗੇ, 5% ਹੈ, ਇਹ ਸਾਰੇ ਕਰਦੇ, ਭਾਵੇਂ ਕੋਈ ਮੰਨੇ ਭਾਵੇਂ ਨਾ ਮੰਨੇ। ਇੱਥੇ ਮਰਨ ਇੱਥੋਂ ਤੱਕ ਲਿਖਿਆ ਵਾ ਵੀ ਵੇਖਣਾ ਵੀ ਨਹੀਂ ਹੋਣਾ ਤੇ ਵੇਖਿਆ ਤਾਂ ਜਾਂਦਾ ਹੀ ਅੱਖ ਹੋਵੇ। ਇਹਨਾਂ ਵੀ ਕੋਈ ਕਹੀ ਜਾਵੇ ਐਵੇਂ ਵੀ ਮੈਂ ਬੜਾ ਸੱਚਾ ਸੁੱਚਾ, ਤੇ ਮਹਾਰਾਜ ਦੇ ਸਾਹਮਣੇ ਬੈਠੇ ਮੁਰਕੇ ਇਹਨਾਂ ਵਾ ਵੀ ਸਤਿਗੁਰੂ ਕਹਿੰਦੇ ਇੱਕ ਗੁਨਾਹ ਮੇਰਾ ਦੁਨੀਆਂ ਵੇਖੇ, ਥਾਂ ਥਾਂ ਰੌਲਾ ਪਾਵੇ। ਇੱਕ ਤੁਹਾਡੀ ਗਲਤੀ ਕਿਸੇ ਨੂੰ ਪਤਾ ਲੱਗ ਗਈ, ਰੌਲਾ ਪਾ ਦੇਣਗੇ। ਕਹਿੰਦੇ ਇੱਕ ਗੁਨਾਹ ਮੇਰਾ ਦੁਨੀਆਂ ਵੇਖੇ, ਥਾਂ ਥਾਂ ਰੌਲੇ ਪਾਵੇ, ਲੱਖਾਂ ਗੁਨਾਹ ਮੇਰੇ ਸਤਿਗੁਰ ਵੇਖੇ, ਫੇਰ ਪੜਦੇ। ਸ਼ੁਕਰ ਕਰਿਆ ਕਰੋ ਭਰਾਵਾ, ਆਪਣੇ ਸਾਰਿਆਂ ਦੇ ਪੜਦੇ ਢੱਕੇ ਆ। ਅੱਗੇ ਨਾ ਖੰਡ ਪਾਠ ਦੇ ਭੋਗ ਦੇ ਇੱਕ ਸ਼ਬਦ ਪੜ੍ਹਦੇ ਹੁੰਦੇ ਸੀ, ਪਾਠੀ ਢੱਕਣ ਖੂਹ ਪੱਤ ਮੇਰੀ ਦਿੱਤਾ, ਬੜੇ ਪਿਆਰ ਨਾਲ ਹੀ ਸੁਣਦੇ ਹੁੰਦੇ ਹਾਂ। ਹੁਣ ਨੀ ਕਦੀ ਪੜਿਆ ਕਿਸੇ ਨੇ, ਹਨਾ? ਹੁਣ ਮੈਂ ਸੱਚੀ ਨੀ ਕਰੀ, ਹੁਣ ਤਾਂ ਖੰਡ ਪਾਠ ਹੀ ਨੀ ਕਰਾਉਂਦਾ ਕੋਈ, ਤੇ ਪੜ੍ਹਨਾ ਕੀ। ਸੁਖਮਨੀ ਸਾਹਿਬ ਤੇ ਆ ਗਏ ਸਾਰੇ, ਟਾਈਮ ਨੀ ਕਿਸੇ ਕੋਲ, ਹੋਰ 7 ਸਾਲਾਂ ਨੂੰ ਮਹਾਰਾਜ ਮਾਫ ਕਰਨ। ਆ ਜਿਹੜੇ ਬਾਹਰੋਂ ਆਉਣੇ ਆਪਣੇ ਪੀ ਆਰ ਹੋ ਕੇ, ਇਹਨਾਂ ਕਹਿਣਾ ਬਾਬਾ ਜਗਜੀਤ ਸਾਹਿਬ ਪੜ੍ਹਦੇ ਗੱਲਾਂ, ਦਿਸਣ ਦਿਆ ਨਾ ਹਿਸਾਬ ਕਿਤਾਬ, ਕਿ ਰਾਜੀ ਨੀ ਬਾਣੀ ਸੁਣ ਕੇ ਕਥਾ ਕੀਰਤਨ ਤੋਂ ਕੋਈ, ਤੇ ਫਿਰ ਕਹਿਣਗੇ ਜੀ ਕਰਦਾ ਕੁੱਝ ਕਰ ਲਈਏ ਤੇ ਕਰਨਾ ਹੀ ਨਾ। ਮਹਾਰਾਜ ਸਾਹਿਬ ਜੀ ਕਹਿੰਦੇ ਧੇਣ ਦੁੱਧ ਤੇ ਬਾਹਰੀ ਕਿਤੇ ਨਾ ਆਵੇ। ਮਹਾਰਾਜ ਕਹਿੰਦੇ ਜਿਹੜੀ ਮੱਝਾਂ ਦੁੱਧ ਨਹੀਂ ਦਿੰਦੀ ਉਹ ਫਿਰ ਧੱਕੇ ਖਾਂਦੀ ਆ, ਰੂੜੀਆਂ ਤੇ ਗੰਦ ਖਾਂਦੀ, ਕੁੱਟ ਖਾਂਦੀ ਆ, ਤੇ ਜਿਹੜੇ ਦੁੱਧ ਦਿੰਦੇ ਉਹਨਾਂ ਨੂੰ ਸਵੇਰੇ ਨਵਾ ਧਵਾ ਕੇ ਪੱਖਾ ਲਾ ਕੇ ਬੱਧਾ ਕਿ ਨਹੀਂ ਦਿੰਦੇ, ਬਾਲਟੀ ਸ਼ਾਮਾਂ ਨੂੰ ਭਰਨੀ। ਏਦਾਂ ਮਾਰੇ ਉਦਾਹਰਨ ਦਿੰਦੇ, ਧੇਣ ਦੁੱਧ ਤੇ ਬਾਹਰੀ ਕਿਤੇ ਨਾ ਆਵੇ। ਕਹਿੰਦੇ ਦੁੱਧ ਤੋਂ ਬਿਨਾਂ ਗਾਂ ਨਹੀਂ ਕਿਸੇ ਕੰਮ ਦੀ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ। ਕਹਿੰਦੇ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਤੇ ਬਾਣੀ ਤੋਂ ਬਿਨਾਂ ਸਿੱਖਾ ਤੇਰਾ ਅੰਦਰ ਸੁੱਕ ਜਾਂਦਾ। ਇਹ ਬਹੁਤ ਪਿਆਰ ਨਾਲ ਮਹਾਰਾਜ ਨੇ ਸਮਝਾਇਆ ਵੀ ਗਾਂ ਦੁੱਧ ਤੋਂ ਬਿਨਾਂ, ਫਸਲ ਪਾਣੀ ਤੋਂ ਬਿਨਾਂ ਤੇ ਸਿੱਖ ਬਾਣੀ ਤੋਂ ਬਿਨਾਂ ਜੀਂਦਾ ਹੀ ਮਰ ਗਿਆ। ਆਖਾਂ ਜੀਵਾਂ ਤੁਸੀਂ ਸਾਰੇ ਕਰਮਾਂ ਵਾਲੇ ਜੀ, ਤਾਂ ਜੀ ਦੇ ਵਾਸਤੇ ਤੁਹਾਡੇ ਨਾਲ ਸਾਡਾ ਵੀ ਭਲਾ ਹੁੰਦਾ। ਵਾਹਿਗੁਰੂ 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 ਵਾਹਿਗੁਰੂ। ਜੈਸਾ ਸਤਿਗੁਰ ਸੁਣੀਂਦਾ
ਜੈਸਾ ਸਤਿਗੁਰ ਸੁਣੀਦਾ ਐਸੋ ਹੀ ਮੈਂ ਮੀਠ ਐਸੋ ਹੀ ਮੈਂ ਮੀਠ ਵਿਛੜਿਆ ਮੇਲੇ ਪ੍ਰਭੂ ਵਿਛੜਿਆ ਮੇਲੇ ਪ੍ਰਭੂ ਦਰਗਹ ਕਾਬ ਸੀਠ ਦਰਗਹ ਕਾਬ ਸੀਠ ਮਹਾਰਾਜ ਕਹਿੰਦੇ ਦਇਆ ਕਰਨੀ ਹੈ ਮਹਾਰਾਜ ਕਹਿੰਦੇ ਜਿਹੜੇ ਬੀਬੀਆਂ ਬੰਦੇ ਕੁਕਰਮ ਕਰਦੇ ਹਨ ਉਹਨਾਂ ਦੀ ਸੰਗਤ ਨਹੀਂ ਕਰਨੀ, ਉਹਨਾਂ ਤੋਂ ਬਚ ਕੇ ਰਹਿਣਾ ਹੈ, ਉਹਨਾਂ ਤੋਂ ਦੂਰ ਰਹਿਣਾ ਹੈ। ਸੋ ਗੁਰਮੁਖ ਸਾਚਾ ਤੁਹਾਡੇ ਨਿੱਕੇ ਨਿੱਕੇ ਕੋਮਲ ਜਿਹੇ ਬੱਚੇ ਆ, ਇਹ ਬੱਚੇ ਵਧੀਆ ਇਨਸਾਨਾਂ ਦੀ ਸੰਗਤ ਕਰਨਗੇ ਤੇ ਸੋਹਣੇ ਹੋ ਜਾਣਗੇ, ਨਹੀਂ ਤੇ ਪਿਆਰੇ ਉਹ ਘਰਾਂ ਦੇ ਘਰ ਵਿਹਲੇ ਹੋਏ। ਮੈਂ ਕਈ ਵਾਰੀ ਕਹਿੰਦਾ ਮੇਰੇ ਕੁਝ ਆਪਣੇ ਵੀ ਨੇ ਮਾੜੀ ਸੰਗਤ ਵਿੱਚ ਪੈ ਗਏ, ਦੋ ਬੱਚੇ ਦੋਵੇਂ ਦੇ ਦੋਵੇਂ ਪੇੜਾਂ ਗਰਕ ਹੋ ਗਏ। ਮੈਂ ਕਿ ਛੋਟਾ ਮੈਨੂੰ ਮਿਲਿਆ, ਮੈਂ ਕਿਹਾ ਹੋਏ ਵੱਡਾ ਭਰਾ ਮੰਜੀ ਦੇ ਪਿਆ ਟੀਕੇ ਲਾਉਂਦਾ ਐਕਸੀਡੈਂਟ ਹੋਏ, ਤੇ ਤੂੰ ਵੀ ਆ ਜਿਹੜੇ ਮੁੰਡੇ ਤਿਰਨਾ ਫਿਰਦੇ ਮੈਂ ਟੈਟੂ ਬਣਾਏ ਆ ਤੇ ਕੰਨਾਂ 'ਚ ਵਾਲੀ ਤੇ ਮੂੰਹ ਇਹਨਾਂ ਦੇ ਬਿੱਲੀ ਵਰਗੇ, ਤੇ ਤੂੰ ਇਹਨਾਂ ਨੂੰ ਕੀ ਕਰਦਾ? ਨਹੀਂ ਵੀਰ ਜੀ ਨਹੀਂ। ਮੈਂ ਕਿਹਾ ਨਾ ਪੁੱਤਰਾ, ਤੇਰੇ ਮਾਂ ਪਿਓ ਨੇ ਬੜੇ ਦੁੱਖ ਵੇਖੇ, ਬੜੇ ਧੱਕੇ ਖਾਧੇ ਆ। ਨਹੀਂ ਜੀ ਨਹੀਂ, ਮੂੰਹ ਮੈਂ ਕਿਹਾ ਤੇਰਾ ਵੀ ਲਾਲ ਆ, ਕੰਨ ਤੇਰੇ ਵੀ ਦਿਸਦਾ ਵੀ ਛੱਕਿਆ ਕਿਉਂ ਨਹੀਂ ਹੋ ਜਾਏਗਾ, ਤੇ ਨਹੀਂ ਨਹੀਂ ਕਰਕੇ ਚਲੇ ਗਿਆ। ਮੇਰਾ ਆਪਣਾ ਸੀ ਪਰ ਮੈਨੂੰ ਲੱਗਦਾ ਵੀ ਬਸ ਇਹਦਾ ਵੀ ਕਾਰਜ ਹੋ ਗਿਆ ਰਾਸ। ਸੋ ਇਸ ਕਰਕੇ ਬਾਣੀ ਕਹਿੰਦੀ ਜੋ ਜੈਸੀ ਸੰਗਤ ਮਿਲਾ। ਤੁਸੀਂ ਰੋਜ਼ ਕਥਾ ਚਾਹੁੰਦੇ ਹੋ ਤੁਹਾਡੇ 'ਚ ਕਿੰਨਾ ਚੇਂਜ ਹੋਇਆ, ਤੁਸੀਂ ਕਿੰਨੇ ਸੋਹਣੇ ਬਣ ਗਏ ਹੋ, ਕਈ ਰੂਹਾਂ ਛੱਡ ਗਈਆਂ ਹੋਰ ਆਸੇ ਪਾਸੇ ਜਿਵੇਂ ਆ, ਕਿੰਨੇ ਬੱਚੇ ਜੁੜਦੇ ਆ, ਕਥਾ ਰਿਕਾਰਡ ਹੁੰਦੀ, ਪਤਾ ਨਹੀਂ ਕਿੰਨੇ ਰੋਂਦੇ, ਕਈਆਂ ਦੇ ਫੋਨ ਆਉਂਦੇ, ਬਾਬਾ ਇਹ ਜ਼ਿੰਦਗੀ ਬਦਲ ਗਈ, ਤੁਸੀਂ ਸਾਡੀ ਜ਼ਿੰਦਗੀ ਬਦਲ ਦਿੱਤੀ, ਸਾਡੇ ਬੱਚਿਆਂ ਦੀ ਜ਼ਿੰਦਗੀ ਬਦਲਤੀ। ਸੋ ਇਹ ਫਾਇਦਾ ਹੁੰਦਾ ਵਾ, ਚੰਗੀ ਸੰਗਤ ਕਰਾਂਗੇ ਚੰਗੇ ਬਣਾਂਗੇ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਜਿਹੜੇ ਬੰਦੇ ਬੀਬੀਆਂ ਮਾੜੇ ਕੰਮ ਕਰਦੇ ਆ ਮੇਰੇ ਬੱਚਿਆਂ ਨੇ ਉਹਨਾਂ ਦੀ ਸੰਗਤ, ਇੱਥੇ ਦੇ ਜਿਹੜੇ ਮਾੜੀ ਸੰਗਤ ਵਾਲੇ ਉਹਨਾਂ ਨੂੰ ਭੱਜ ਭੱਜ ਡੱਫੀਆਂ ਪਾਉਂਦੇ, ਲੋਕ ਫੋਟੋਆਂ ਖਿਚਾਉਂਦੇ ਉਹਨਾਂ ਨੂੰ, ਤੇ ਬਾਬੇ ਨੂੰ ਆਖਣਗੇ ਆ ਗਏ ਬਾਬੇ ਲੱਗੇ ਸੁਣਾਉਣ ਕਥਾ, ਟਿੱਚਰਾਂ ਕਰਦੀ ਦੁਨੀਆ ਗੇ। ਜਿੱਦਾਂ ਇੱਕ ਰਾਗੀ ਸਿੰਘ ਦੀ ਰਿਕਾਰਡਿੰਗ ਲੀਕ ਹੋਈ ਨਾ, ਬਹੁਤ ਸੋਹਣਾ ਰਾਗੀ ਸਿੰਘ ਸੀ, ਕਹਿੰਦਾ ਵੀ ਮੈਨੂੰ ਲੋਕੀ ਕਹਿੰਦੇ ਕਿੱਦਾਂ ਬਾਬਾ ਪੈ ਗਈ ਦਿਹਾੜੀ, ਕੋਟਾ ਇਹ ਚਾਮ ਬਣ ਗਈ ਦਿਹਾੜੀ ਚੰਗੀ ਚਿੱਟੇ ਸੂਟ ਪਾ ਗਏ, ਤੇ ਕਹਿੰਦਾ ਵੀ ਮੇਰੇ ਘਰ ਦਾ ਖਰਚਾ ਇੰਨਾ ਧੋਖਾ ਗਿਆ, ਮੇਰੀ ਘਰ ਦੀ ਛੱਡ ਗਈ, ਮੇਰਾ ਇੱਕ ਬੇਟਾ ਮੇਰੇ ਕੋਲ ਤਲਾਕ ਹੋ ਗਿਆ ਹੋਇਆ, ਉਹ ਵੀਡੀਓ ਬਹੁਤ ਚੱਲੀ, ਤੇ ਕਹਿੰਦਾ ਅੱਜ ਮੈਂ ਹੁਣ ਪੁੱਠੇ ਕੰਮਾਂ 'ਚ ਪਿਆ, ਅਸਕਿੱਟਾਂ ਸਕੂਟਾਂ ਬਣਾਉਣ 'ਚ, ਮਜ਼ਾਕ ਟਿੱਚਰਾਂ ਕਰਨ 'ਚ, ਤੇ ਕਹਿੰਦਾ ਕਿੱਥੇ ਮਹੀਨੇ ਦਾ 20,000 ਕਿੱਥੇ ਇੱਕ ਦਿਨ ਦਾ 20,000 ਆਉਣ ਲੱਗ ਪਿਆ, ਬੁਰੇ ਕੰਮ ਕੋਲ ਹੋਇਆ। ਕਹਿੰਦਾ ਮੈਂ ਹੈਰਾਨ ਹਾਂ ਵੀ ਕੈਸਾ ਸਮਾਂ, ਇਹਨੂੰ ਕਲਯੁਗ ਕਹਿੰਦੇ ਹੋਰ ਕੀ ਹੈ, ਇਹ ਕਲਯੁਗ ਦੇ ਵਿੱਚ ਮਹਾਰਾਜ ਨੇ ਆਖਿਆ ਸੀ ਕੂੜ ਫਿਰੇ ਵੀ ਜਿਹੜੇ ਗਲਤ ਕੰਮ ਕਰਨਗੇ ਬੰਦੇ ਉਹਨਾਂ ਦੀ, ਤੇ ਜਿਹੜੇ ਰੱਬ ਦਾ ਨਾਂ ਲੈਣਗੇ ਉਹਨਾਂ ਨੂੰ ਤੇ ਬਚ ਕੇ ਰਹਿਣਾ।
ਸਹੀ ਗੱਲ ਹੈ ਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰ ਨੂੰ ਚੰਗੀ ਸੰਗਤ ਵਿੱਚ ਲਿਜਾਣਾ ਹੈ। ਮਹਾਰਾਜ ਕਹਿੰਦੇ ਜੇ ਤੇਰੇ ਕੋਲ 4 ਰੁਪਈਏ ਤੇ ਤਾਕਤ ਆ ਨਾ, ਤੇ ਇਹਨੂੰ ਕਿਸੇ ਦੇ ਉੱਤੇ ਧੱਕਾ ਕਰਕੇ ਨਾ ਵਰਤੀ। ਇਹੋ ਹੀ ਪੈਸਾ ਕਿਸੇ ਦੀ ਮਦਦ ਕਰਦੀ। ਜੇ ਤੇਰੀਆਂ ਬਾਹਾਂ 'ਚ ਜ਼ੋਰ ਆ ਨਾ, ਤੇ ਕਿਸੇ ਨੂੰ ਮੁੱਕੀ ਨਾ ਮਾਰੀ, ਡਿੱਗੇ ਨੂੰ ਚੁੱਕ ਕੇ ਖੜਾ ਕਰ। ਸਤਰ ਮੀਤ ਵਿਖੇ ਸੁਣਤਾਈ, ਕਿ ਕਹਿਣ ਦੇ ਭਾਵ ਦੁਸ਼ਮਣ ਦਾ ਵੀ ਭਲਾ ਕਰਨਾ ਵਾ, ਆਪਣੇ ਵੈਰੀ ਦਾ ਵੀ ਭਲਾ ਕਰਨਾ। ਇਹ ਗੱਲਾਂ ਹੁਣ ਤੁਹਾਨੂੰ ਹੋਰ ਕਿਤੇ ਕਿੱਥੋਂ ਮਿਲਣਗੀਆਂ? ਸਿੱਖਾਂ ਡਾਂਸਰਾਂ ਤੋਂ, ਸਿੰਗਰਾਂ ਤੋਂ, ਕਲਾਕਾਰਾਂ ਤੋਂ, ਗੁਰਦੁਆਰਿਓਂ ਮਿਲਣੀਆਂ ਤੇ ਗੁਰਦੁਆਰਿਓਂ ਦਾ ਕੋਈ ਨਹੀਂ ਹੈ। ਸੱਚਾਈ ਆ, ਆਪਾਂ ਤਾਂ ਬਹੁਤ ਕਰਮ ਵਾਲੇ ਇੱਥੇ ਸੰਗਤਾਂ ਦੇ ਦਰਸ਼ਨ ਹੁੰਦੇ, ਨਹੀਂ ਤੇ ਸੱਚੀ ਗੁਰੂ ਘਰ ਬੜੇ ਬੜੇ ਸੋਹਣੇ ਬਣੇ ਆ ਤੇ ਵਿੱਚ ਕੋਈ ਨਹੀਂ ਜੀਦਾ। ਸਹੀ ਗੱਲ ਹੈ, ਆਪਾਂ ਕੋਈ ਗਾਉਣ ਵਾਲੀ ਸਾਦੇ ਜਾਂ ਕੋਈ ਪ੍ਰੋਗਰਾਮ ਰੱਖਦੇ ਹਾਂ ਤੇ ਸਾਰੇ ਅੱਗੇ ਬੀਜਦੇ ਤੇ ਫਿਰ ਅਗਲੇ ਲੱਗਦੇ। ਇੱਥੇ ਪਾਠੀ ਇਕੱਲਾ ਹੀ ਨੇਤਰੇ ਕਰ ਜਾਂਦਾ, ਵੀ ਕੋਈ ਨਹੀਂ ਹੁੰਦਾ। ਕੀਰਤਨ ਵਾਲੇ ਇਕੱਲੇ ਕੀਰਤਨ ਕਰ ਜਾਂਦੇ ਅੱਗੇ, ਕੋਈ ਨਹੀਂ ਹੁੰਦਾ। ਸੁਖਮਣੀ ਸਾਹਿਬ ਬਾਬਾ ਇਕੱਲਾ ਹੀ ਪੜ ਗਿਆ ਤੇ ਬਾਅਦ ਚ ਆਵਾਜ਼ ਮਾਰੀ, ਭਰਾਵਾ ਕਿੱਧਰ ਗੈਰ ਮਾਲਾ ਲਿਆਓ, ਅਰਦਾਸ ਕਰੀਏ ਸਾਰਾ ਟੱਬਰ ਬਾਹਰ। ਕਦੇ ਸੋਚ ਕੇ ਵੇਖਿਆ ਨਾ ਗੱਲਾਂ ਨੇ, ਵੀ ਆਪਣਾ ਕੋਈ ਬੈਠਾ ਹੋਵੇ ਮੰਜੇ ਤੇ ਜੋ ਇਕੱਲਾ ਹੀ ਗੱਲਾਂ ਕਰੀ ਜਾਵੇ ਤੇ ਉਹਨੂੰ ਲੋਕੀ ਕਹਿਣਗੇ ਸ਼ਦਾਈ ਹੋ ਗਏ। ਅਸੀਂ ਪਹਿਲਾਂ ਚੌੜੇ ਹੋ ਕੇ ਅੱਗੇ ਬਹਿੰਦੇ ਹਾਂ ਨਿੰਦਿਆ ਚ, ਉਹਨੇ ਜਿੱਥੇ ਬਾਣੀ ਦੀ ਗੱਲ, ਬਾਬਾ ਇਕੱਲਾ ਹੀ ਭੋਗ ਪਾ ਗਿਆ। ਅੱਗੇ 5 ਪਾਠੀ ਭੋਗ ਪਾਉਂਦੇ, ਇੱਕ ਥਾਂ ਮੈਂ ਕਥਾ ਕਰਨ ਗਿਆ, ਇਕੱਲੇ ਸਿੰਘ ਨੇ ਭੋਗ ਪਾਇਆ, ਨਾਵੇਂ ਪਾਤਸ਼ਾਹ ਦੇ ਸਲੋਕ ਇਕੱਲਾ ਹੀ ਪੜ ਗਿਆ। ਮੈਂ ਕਿਹਾ ਸਿੰਘ ਇਹਨੇ ਬਾਬਾ ਹੀ ਹੈਗਾ, ਕੋਈ ਨਹੀਂ ਤੇ ਆਪਣੇ ਸਾਧਨਾ, ਨਹੀਂ ਤੇ ਕਿਤੇ 5-5 ਸਿੰਘ ਬਹਿਣੇ, ਤਾਬੇ ਆਵਾਜ਼ਾਂ ਆਉਣੀਆਂ। ਇਹ ਕਲਯੁਗ ਦਾ ਪ੍ਰਭਾਵਕ ਸਮਾਂ ਹੈ, ਇਹ ਪਹਿਲਾਂ ਹੀ ਗ੍ਰੰਥਾਂ 'ਚ ਲਿਖਿਆ ਗਿਆ, ਵਸ ਨਾ ਤੁਹਾਡੇ ਤੇ ਨਾ ਮੇਰੇ ਆ। ਇਹਨਾਂ ਕੁਮਾਰੇ ਕਹਿ ਗਏ, ਰੱਖੇ ਰੱਖਣ ਹਾਰ ਗੁਰ ਕੀ ਪੈਰੀ, ਕਹਿੰਦੇ ਜਿਹੜੇ ਪੈਰ ਫੜ ਲੈਣਗੇ ਬਾਬੇ ਦੇ ਵੱਜ ਜਾਣਗੇ, ਨਹੀਂ ਤੇ ਫਿਰ ਬੁਰਾ। ਕਲੇ ਕਲੇਸ਼ ਈਰਖਾ ਘਰਾਂ 'ਚ ਬਹੁਤ ਸੰਗਤ ਜੀ ਬੁਰਾ ਜੀ, ਹੱਥ ਜੋੜਿਆ ਕਰੋ ਆਪਦੇ 9 ਪੁੱਤ ਬੱਚਿਆਂ ਨੂੰ ਨਾ, ਇੰਨਾ ਹੀ ਕਹਿ ਦਿਆ ਕਰੋ ਵੀ ਚੱਲ ਕਥਾ ਕੀਰਤਨਾ ਸੁਣਿਓ, ਭੱਜ ਕੇ ਮਹਾਰਾਜ ਦੇ ਮੱਥੇ ਲੱਗ ਜਾਓ, 2 ਮਿੰਟ ਹੀ ਆ ਜਾਇਆ ਕਰੋ। ਆਪਾਂ ਕਿਹੜਾ ਕਿਹਨੇ ਸੁਣੋ, ਨਾਲ ਆਪਾਂ ਨੂੰ ਕਿਹੜਾ ਲਾਲਚ ਹੈ। ਹੁਣ ਆਪਾਂ ਕਥਾ ਕਰਦੇ ਹਾਂ, ਜੇ ਕੋਈ ਸੁਣ ਲੂ ਠੀਕ, ਨਾ ਸੁਣ ਲੂ ਨਹੀਂ ਨਹੀਂ, ਆਪਾਂ ਕਿਹੜਾ ਕਿਸੇ ਨੂੰ ਸਪੈਸ਼ਲ ਆਖਿਆ ਵੀ ਤੂੰ 500 ਦੇ ਕੇ ਸੁਣ ਲਈ, ਠੀਕ ਨਹੀਂ। ਇਹ ਤਾਂ ਲਾਹਾ ਹੀ ਆ ਜਿਹੜਾ ਲੈ ਗਿਆ, ਬਾਪੂ ਦੇ ਘਰ ਕੁੰਭ ਲੱਗਾ, ਨਦੀ ਵਗਦੀ ਆ ਤੇ ਕੰਢੇ ਤੇ ਖੜੋ ਕੇ ਤਰਲੇ ਨਾ ਲਓ, ਪਿਆਸ ਲੱਗੀ ਭਾਵੇਂ ਨਹਾਲੋ। ਜਬ ਤੇ ਸਾਧ ਸੰਗਤ ਮੋਹਿ ਪਾਈ, ਵਿਸਰ ਗਈ ਨਾ ਕੋ ਬੈਰੀ, ਸਗਲ ਸੰਗ ਸਾਰਿਆਂ ਨਾਲ ਪਿਆਰ ਕਰ। ਮਹਾਰਾਜ ਕਹਿੰਦੇ ਜੇ ਕੋਈ ਤੇਰੀ ਬੇਇੱਜ਼ਤੀ ਵੀ ਕਰਦੇ ਤੇ ਮੱਥੇ ਵਾਟਣਾ ਹੋਏ, ਖੁਸ਼ ਰਿਹਾ ਕਰ। ਜੇ ਕੋਈ ਤੇਰਾ ਸਤਿਕਾਰ ਕਰੇ ਫਿਰ ਤੇ ਖੁਸ਼ੀ ਆ ਹੀ ਜਾਂਦੀ ਆ। ਕਹਿੰਦੇ ਮਹਾਰਾਜ ਜੇ ਤੇਰੇ ਘਰ ਦੁੱਖ ਆ ਗਿਆ ਤੇ ਫਿਰ ਵੀ ਰੋਈ ਨਾ, ਪਾਠ ਕਰੀ ਅਖੋਏ। ਜੇ ਸੁੱਖ ਆ ਗਿਆ ਤੇ ਫਿਰ ਡੀਜਾ ਲਾ ਕੇ ਨਾ ਨੱਚੀ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਘਰੇ ਲੈ ਕੇ ਆਈ ਤੇ ਰਾਗੀ ਸਿੰਘ ਕੀਰਤਨ ਵਾਲੇ ਲਾ ਕੇ ਤੇ ਉਹਦਾ ਸ਼ੁਕਰਾਨਾ ਕਰੀ। ਅਸੀਂ ਉਲਟਾ, ਸਾਨੂੰ ਜਦੋਂ ਦੁੱਖ ਆਉਂਦਾ ਕਰਮਾਂ ਕਰਕੇ ਅਸੀਂ ਰੋਂਦੇ ਹਾਂ, ਰੱਬ ਨੂੰ ਹੀ ਗਾਲਾਂ ਕੱਢ ਦਿੰਦੇ ਕਈ ਭਰਾਵਾਂ, ਰੱਬਾ ਤੇਰਾ ਕੱਖ ਨਾ ਰਵੇ, ਇਤਰਾਂ ਬਦਦੁਆਈ ਦਿੰਦੇ ਰੋ ਕੇ। ਤੇ ਜਦੋਂ ਰੱਬ 4 ਪੈਸੇ ਦਿੰਦਾ, ਥੋੜਾ ਜਿਹਾ ਸੁੱਖ ਦਾ ਸਾਹ ਨਿਕਲਦਾ ਤੇ ਫਿਰ ਨੱਚਣ ਲੱਗ ਪੈਂਦੇ, ਫਿਰ ਨਸ਼ੇ ਵਰਤਾਉਂਦੇ ਆ, ਗਾਉਣ ਵਾਲੀਆਂ ਲਾਉਂਦੇ ਤੇ ਚੀਕਾਂ ਮਾਰਦੇ ਆ। ਤੇ ਮਹਾਰਾਜ ਕਹਿੰਦੇ ਮੇਰੇ ਪੁੱਤਾਂ ਨੇ ਇਹ ਕੰਮ ਨਹੀਂ ਕਰਨਾ,
ਜੇ ਦੁੱਖ ਖਾਇਆ ਤੇ ਤਾਂ ਵੀ ਅਰਦਾਸ ਕਰਨੀ ਆ, ਜੇ ਸੁੱਖ ਆਇਆ ਤੇ ਸ਼ੁਕਰਾਨਾ ਕਰਨਾ। ਬੋਲੋ ਵਾਹਿਗੁਰੂ। ਪਰ ਅਸੀਂ ਇੱਥੇ ਫੇਲ ਹਾਂ, ਤੁਹਾਡੇ 'ਚ ਥੋੜ੍ਹੇ ਬਹੁਤ ਹੋਣਗੇ ਜਿਹੜੇ ਇਸ ਅਵਸਥਾ ਦੇ ਮਾਲਕ ਆ, ਨਹੀਂ ਤੇ ਰਿਸ਼ਤੇਦਾਰਾਂ ਦਾ ਬਹਾਨਾ ਤੇ ਪੱਕਾ। ਜਿੰਨੇ ਵੀ ਬੰਦੇ ਨੇਮੀ ਪ੍ਰੇਮੀ ਇਹੋ ਗੱਲ ਕਹਿ ਕੇ ਬਾਬਾ ਜੀ ਕੀ ਕਰੀਏ ਰਿਸ਼ਤੇਦਾਰੀ, ਰਿਸ਼ਤੇਦਾਰ ਨਹੀਂ ਸੀ ਮੰਨਦੇ, ਤਾਂ ਕਰਕੇ ਫਿਰ ਟੰਟ ਲਾਇਆ, ਬੋਰੀ ਤੇ ਰੋਟੀ ਕਹਿੰਦੇ ਵੇਚਦੀ ਹੁੰਦੀ ਹੈ। ਲੈ ਬਾਬੇ ਨਾਨਕ ਨੇ ਪੰਗਤ ਨੂੰ ਮਾਣ ਕਿਹਾ, ਅਕਬਰ ਪੰਗਤ 'ਚ ਬਹਿ ਕੇ ਛੱਕ ਕੇ ਗਿਆ ਤੇ ਅੱਜ ਪੰਗਤ ਖਤਮ ਹੀ ਹੋ ਗਈ ਜੀ। ਬੋਲੋ ਵਾਹਿਗੁਰੂ। ਜਿੰਨੇ ਮਰਗਦੇ ਭੋਗਾਂ ਦੇ ਖੁਸ਼ੀ ਦੇ ਜਾਓ, ਪੰਗਤ ਦੀਦੀ ਨੀ ਕਿਤੇ ਗੁਰਦੁਆਰੇ 'ਚ ਪੈਂਟ ਜੁੱਤੀਆਂ ਤੇ ਕੁਰਸੀਆਂ ਲੰਗਰਾਂ ਚ, ਤੇ ਮੈਂ ਕਿਹਾ ਤੁਸੀਂ ਥੱਲੇ ਵਰਤਾਉਣ ਦੇ ਨਾਲੇ ਸਾਰਾ ਟੱਬਰ ਦਾਲ ਵਰਤਾਉਂਦਾ, ਕੋਈ ਰੋਟੀਆਂ ਵਰਤਾਉਂਦਾ, ਨਾਲੇ ਆਪਾਂ ਸੇਵਾ ਕਰ ਲੈਂਦੇ। ਕਹਿੰਦੇ ਉਹ ਫਿਰ ਕਹਿੰਦੇ ਬੇਇੱਜ਼ਤੀ ਜੀ ਹੁੰਦੀ ਹੈ। ਸਾਰੇ ਕਹਿੰਦੇ ਲੈ ਇਹਨਾਂ ਕੋਲ ਪੈਸੇ ਮੋਗੇ, ਤੇ ਮੈਂ ਕਿਹਾ ਫਿਰ ਪੜ੍ਹੀ ਜਾਇਓ, ਕਬੀਰ ਦੀਨ ਗਵਾਇਆ ਦੁਨੀ ਨਾ ਚਾਲੀ ਪਾਏ ਪਹਾੜਾ ਮਾਰਿਆ। ਸੇਵਾ ਵੀ ਗਵਾਲੀ ਤੇ ਸਿਮਰਨ ਵੀ ਗਵਾ ਦਿੱਤਾ। ਜਿਹੜੇ ਭਾਂਡੇ ਗੁਰੂ ਰਾਮਦਾਸ ਮਾਂਜਦੇ ਰਹੇ, ਅੱਜ ਅਸੀਂ ਕਹਿੰਦੇ ਸਾਨੂੰ ਸ਼ਰਮ ਆਉਂਦੀ। ਲੈ ਹੁਣ ਗੁਰੂ ਰਾਮਦਾਸ ਵੱਡੇ ਕਿ ਅਸੀਂ ਵੱਡੇ? ਜਿਹੜਾ ਝਾੜੂ ਗੁਰੂ ਅਮਰਦਾਸ ਜੀ ਫੇਰਦੇ ਰਹੇ ਪੰਗਤ ਵਿੱਚ, ਅਸੀਂ ਕਹਿੰਦੇ ਮੇਰੀ ਬੇਇੱਜ਼ਤੀ ਹੁੰਦੀ। ਜਿਹੜੇ ਜੂਠੇ ਭਾਂਡੇ ਸਾਰੀ ਸੰਗਤ ਦੇ, ਉਹ ਦੋ ਬੀਬੀਆਂ ਗਰੀਬ ਘਰੋਂ 200 ਰੁਪਈਏ ਦਿਹਾੜੀ ਤੇ ਮਾਂਜਣ ਲਾਈਆਂ ਤੇ ਅਸੀਂ ਸਾਰੇ ਟਾਹਰ ਕੱਢ ਕੇ ਫਿਰਦੇ ਤੇ ਕਹਿੰਦੇ ਬੇਇੱਜ਼ਤੀ ਹੁੰਦੀ ਆ, ਤੇ ਤੁਸੀਂ ਫਿਰ ਮਾਤਾ ਖੀਵੀ ਤੋਂ ਵੱਡੇ ਹੋ ਗਏ। ਮਾਤਾ ਖੀਵੀ ਗੁਰੂ ਸਾਹਿਬ ਦੇ ਮਹਿਲ, ਜਿਨ੍ਹਾਂ ਦਾ ਇੱਕੋ ਮਾਂ ਵਾ ਜਿਹਦਾ ਗੁਰੂ ਗ੍ਰੰਥ ਸਾਹਿਬ 'ਚ ਨਾਂ ਲਿਖਿਆ, ਬਲਵੰਡ ਖੀਵੀ ਨੇਕ ਜਨ ਸੱਤੇ ਬਲਵੰਡੇ ਦੀ ਵਾਰ 'ਚ, ਜਿਨ ਬਹੁਤੀ ਸ਼ਾਉ ਪੁਤਰਾਲੀ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਇਹ ਮਾੜੇ ਦਿਨਾਂ ਦੀ ਨਿਸ਼ਾਨੀ ਆ, ਜਦੋਂ ਆਟਾ ਮੇਰੀ ਮਾਂ ਗੁੰਨੇ, ਉਹ ਕਰੇ ਉੱਤੇ ਪਾਠ ਪਹਿਲੇ ਸਮੇਂ 'ਚ, ਭੈਣਾਂ ਸਬਜ਼ੀ ਬਣਾਉਣੀ ਨਾਲੇ ਸ਼ਬਦ ਪੜ੍ਹਨੇ, ਨੰਗੇ ਪੈਰੀ ਸਾਰਿਆਂ ਬਾਲਟੀਆਂ ਵਰਤਾਉਣੀਆਂ, ਪ੍ਰਸ਼ਾਦੇ ਵਾਲੇ ਨੇ ਕਹਿਣਾ ਵਾਹਿਗੁਰੂ ਪ੍ਰਸ਼ਾਦਾ, ਵਾਹਿਗੁਰੂ ਜੀ ਦਾਲ, ਵਾਹਿਗੁਰੂ ਜਲ, ਤੇ ਹੁਣ ਪੈਸੇ ਚਾਰ ਆਏ, ਹੁਣ ਬਈਏ ਆਓ ਕਹਿੰਦੇ ਵਾਹਿਗੁਰੂ, ਉਹ ਤੇ ਖੁਰਲੀਆਂ ਲੱਗੀਆਂ ਵਾ ਤੇ ਆਪੇ ਚੱਲੀ ਜਾਓ, ਹੁਣ ਗੁੱਸਾ ਕਰਨਗੇ? ਕਿਉਂਕਿ ਗੁਰਦੁਆਰਾ, ਮੈਂ ਮਾਫ਼ੀ ਮੰਗ ਲਾਂ, ਜੇ ਇੱਥੋਂ ਨਾ ਸੱਚ ਬੋਲਾਂਗੇ ਤੇ ਕਿੱਥੋਂ ਬੋਲਾਂਗੇ? ਤੁਹਾਡੇ ਘਰੇ ਤੇ ਮੈਂ ਇੱਦਾਂ ਦੀ ਕਥਾ ਕਰ ਨਹੀਂ ਸਕਦਾ। ਬੋਲੋ ਵੇ, ਕਿਉਂਕਿ ਉੱਥੇ ਤੁਸੀਂ ਸਾਰਿਆਂ ਦਾ ਜੋਰ ਹੈ, ਕੁੱਟ ਖਾਓ, ਇਹ ਮੇਰੇ ਪਿਓ ਦਾ ਘਰ ਮੌਲੀ ਸਾਹਿਬ, ਇੱਥੋਂ ਤਾਂ ਬੋਲ ਦੇਈਦਾ ਵੀ ਜੇ ਤੁਸੀਂ 400-500 ਜਾਣਾ ਸੁਣ ਕੇ ਵਿੱਚੋਂ 20 ਜਾਣਿਆਂ ਨੇ ਆਖਿਆ ਨਾ ਵੀ ਅੱਜ ਕਥਾ ਸੁਣੀ, ਬਾਬਾ ਜੀ ਅੱਜ ਤੋਂ ਬਾਅਦ ਮੈਂ ਆਪਦੇ ਘਰ 'ਚ ਪੰਗਤ ਤੇ ਸੰਗਤ ਰੱਖੂ, ਮੇਰੀਆਂ ਭੈਣਾਂ ਆਪ ਭਾਂਡੇ ਮਾਂਜੂ ਆਪ ਪ੍ਰਸ਼ਾਦੇ, ਵੇਖੀਆਂ ਰੱਬ ਦਿੰਦਾ। ਜਦੋਂ ਅਸੀਂ ਸਾਰਾ ਕੁਝ ਛੱਡਤਾ ਤੇ ਫਿਰ ਚਲੋ ਹਸਪਤਾਲ ਡੀਕ ਰਹੇ ਬਹੁ ਉੱਥੇ ਜਾ, ਕਿਉਂਕਿ ਬਾਣੀ ਨੇ ਕਹਿਤਾ ਪਰਮੇਸ਼ਰ ਤੇ ਭੁੱਲਿਆ, ਮੈਂ ਕੋਲੋਂ ਇੱਕ ਵੀ ਗੱਲ ਕਹਾਂ ਨਾ ਮੈਨੂੰ ਸਜ਼ਾ ਦੇ। ਮੈਂ ਸਾਰਾ ਪ੍ਰੂਫ ਵਾਰ ਵਾਰ ਪੜ੍ਹ ਪੜ੍ਹ ਕੇ ਤੁਹਾਡੇ ਸਾਹਮਣੇ ਰੱਖਦਾ, ਤੇ ਮੈਨੂੰ ਪਤਾ ਵੀ ਇੱਕ ਘੰਟਾ ਕਥਾ ਸਹੀ ਕਰ ਦਿਓ, 5 ਗੱਲਾਂ ਉੱਧਰ ਕਰ ਦਿਓ ਤੇ ਲੋਕੀ ਕਹਿੰਦੇ ਬਾਬੇ ਨੇ ਕੀ ਕਹਿਤਾ। ਇਹ ਨਹੀਂ ਵੇਖਣਾ ਵੀ ਜਿਹੜੀ ਦੂਜੀ ਮਿਹਨਤ ਕਰਕੇ ਆਇਆ ਵਿਚਾਰਾ ਕਦੋਂ ਦਾ ਬੋਲਣ ਦਿਆ, ਕਿੱਦਾਂ ਗੱਲਾਂ ਸਮਝਾਉਣ ਦਿਆ ਵੀ ਕਿਤੇ ਗਲਤੀ ਨਾ ਹੋ ਜਾਵੇ, ਵੀ ਕੋਲੋਂ ਨਾ ਗੱਲ ਕਹੀ ਜਾਵੇ, ਤੇ ਕਿੱਡਾ ਮਹਿੰਗਾ ਖਜ਼ਾਨਾ ਦੇ ਕੋਈ ਨਹੀਂ ਕਹਿੰਦਾ ਸ਼ਾਵਾ, ਇਹਨਾਂ ਕਹਿ ਦੇਣਗੇ ਅੱਜ ਇਤਨਾ ਕਿਹਾ ਸੀ ਅੱਗੋਂ ਵੈ। ਸੋ ਦੁੱਖ ਆਉਂਦਾ ਹੈ, ਅਸੀਂ ਕੋਈ ਵੀ ਸੀ ਬਾਜ਼ਾਰ 'ਚੋਂ ਖਰੀਦਦੇ, ਸਬਜ਼ੀ ਖਰੀਦਦੇ ਹਾਂ, ਕੱਪੜੇ ਖਰੀਦਦੇ ਹਾਂ, ਭਾਂਡੇ, ਅਸੀਂ 50 ਚੀਜ਼ਾਂ ਖਲਾਰਾ ਪਾ ਕੇ ਤੇ ਵਿੱਚ ਉਹ ਚੁੱਕਣੀ ਜਿਹੜੀ ਸਭ ਤੋਂ ਸੋਹਣੀ, ਤੇ ਜਦੋਂ ਗੁਰਦੁਆਰੇ ਆਉਂਦੇ ਉੱਥੇ ਸਾਰੀਆਂ ਸੋਹਣੀਆਂ ਛੱਡ ਕੇ ਤੇ ਉਹ ਗੱਲ ਚੁੱਕਣੀ ਜਿਹੜੀ ਸਭ ਤੋਂ ਨਕਾਉਂਦੀ।
ਇਹੀ ਚੀਜ਼ ਨੇ ਸਾਨੂੰ ਲੈ ਬੈਠੀ। ਮਹਾਰਾਜ ਕਹਿੰਦੇ ਸਾਂਝ ਕੀਜੈ ਗੁਣੇ ਕੇਰੀ ਛੋੜ ਅਵਗਣ, ਧੰਨ ਮੇਰੇ ਗੁਰੂ ਰਾਮਦਾਸ ਤੇ ਭਾਈ ਪਾਰੋ ਇਕੱਠੇ ਭਾਂਡੇ ਮਾਂਜਦੇ ਰਹਿ ਕੇ ਰਹਿ ਗਏ। ਤੇ ਤੁਸੀਂ ਵੀ ਮੌਕਾ ਮਿਲੇ ਤੇ ਜ਼ਰੂਰ ਜੇ ਹੱਥੀਂ ਸੇਵਾ ਕਰੋਗੇ ਨਾ, ਤੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਕੀ ਸੇਵਾ ਜੇ ਕੋ ਕਰੇ ਮਨ ਚਿੰਦਿਆ ਫਲ ਪਾਉਣਾ। ਤੇ ਮੈਨੂੰ ਖੁਸ਼ੀ ਹੁੰਦੀ ਵੀ ਇਹ ਕਥਾ ਸੁਣ ਕੇ ਬੜੀ ਸੰਗਤ ਨੇ ਮੰਨਿਆ। ਮੈਂ ਕਈ ਪ੍ਰੋਗਰਾਮਾਂ ਤੇ ਵੇਖਿਆ ਸਾਡੀਆਂ ਭੈਣਾਂ ਮਾਤਾਵਾਂ ਜਿਹੜੀਆਂ ਬੌਲੀ ਸਾਹਿਬ ਆਉਂਦੀਆਂ ਉਹਨਾਂ ਬੀਬੀਆਂ ਨਾਲ ਭਾਂਡੇ ਮਾਂਜਦੀਆਂ ਹੁੰਦੀਆਂ ਜਿਹੜੀਆਂ ਕੰਮ ਵਾਲੀਆਂ, ਕਿਉਂਕਿ ਅੰਦਰ ਮਰ ਗਿਆ ਨਾ ਉਹ ਚੀਜ਼ ਨਿਕਲ ਗਈ ਵੀ ਮੇਰੀ ਬੇਇੱਜ਼ਤੀ ਹੋ ਗਈ। ਤੇਰੀ ਬੇਇੱਜ਼ਤੀ ਕਾਹਦੀ ਜਿਹੜੀ ਉਹ ਮੰਨ ਜਾਂਦੇ ਉਹ ਵੀ ਤਾਂ ਰੱਬ ਦੇ ਜੀ ਆ। ਤੇ ਫਿਰ ਇਹ ਬੇਇੱਜ਼ਤੀ ਬੁਇੱਜ਼ਤੀ ਖਤਮ ਹੋ ਜਾਣੀ, ਫਿਰ ਤੁਸੀਂ ਡਟ ਕੇ ਸੇਵਾ ਕਰਨੀ ਹੈ। ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ, ਕਹਿੰਦੇ ਸੇਵਾ ਕਰੋਗੇ ਜਿੱਦਣ ਮਰੋਗੇ ਮੈਂ ਬਾਹੋਂ ਫੜ ਕੇ ਦਰਗਾਹ 'ਚ ਲੈ ਜਾ। ਵਿੱਚ ਦੁਨੀਆ ਸੇਵ ਤਾਂ ਦਰਗਾਹ ਵੇਲੋ ਬਾਣੀ 'ਚ ਲਿਖਿਆ ਮਾਰੇ ਕਹਿੰਦੇ ਕਰਿਆ ਕਰੋ ਸੇਵਾ ਕਹਿੰਦੇ ਰੋਜ਼ ਸੰਗਤ ਵਿੱਚ ਆਇਆ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਨਿਸ ਮੈਨੇ ਦਿਨ ਤੇ ਰਾਤ ਨੂੰ ਦੋਵੇਂ ਚੀਜ਼ਾਂ ਸਵੇਰੇ ਸ਼ਾਮ ਦੋਵੇਂ ਟਾਈਮ ਦਰਸ਼ਨ ਕਰਨੇ ਆ। ਨਾਮ ਸੰਗ ਨਿਜ ਬੈਸ ਬਿਤਾਵੇ ਤੇ ਉਹਨਾਂ ਸੰਗੀਆਂ ਨਾਲ ਬਹਿਣਾ ਜਿਹੜੇ ਨਾਮ ਜਪਦੇ, ਜਿਹੜੇ ਗੁਰੂ ਨਾਲ ਜੁੜੇ ਹੋਏ ਉਹਨਾਂ ਦੇ ਨਾਲ ਸੰਬੰਧ ਰੱਖੋ। ਉਹਨਾਂ ਨੂੰ ਆਖਿਆ ਕਰੋ ਭੈਣੇ ਮੇਰੇ ਘਰ ਆ ਜੀ, ਟਾਈਮ ਹੋਇਆ ਵੀਰੇ ਕਿਤੇ ਘਰ ਆਏ। ਉਹੋ ਜਿਹੀਆਂ ਰੂਹਾਂ ਨੂੰ ਬੁਲਾਇਆ ਕਰੋ ਜਿਨ੍ਹਾਂ ਨੇ ਤੁਹਾਡੇ ਘਰ ਆ ਕੇ ਭਲਾ ਕਰਨਾ ਹੈ। ਇਸ ਤਰ੍ਹਾਂ ਮਹਾਰਾਜ ਨੇ ਸੰਗਤ ਜੀ ਨੂੰ ਬੜਾ ਨਿਹਾਲ ਕੀਤਾ ਤੇ ਇੱਕ ਹਾਜ਼ਰਨਾਮਾ ਮਹਾਰਾਜ ਸਾਹਿਬ ਜੀ ਨੇ ਉਚਾਰਿਆ। ਸਮਾਂ ਹੋਇਆ ਕੱਲ ਨੂੰ ਉਹਦੀ ਵਿਚਾਰ ਹੋਏਗੀ। ਅੱਜ ਦੀ ਕਥਾ ਬਹੁਤ ਹੀ ਕੀਮਤੀ ਤੇ ਸੁੰਦਰ ਹੈ ਜਿਹੜੇ ਗੁਰੂ ਨਾਲ ਜੁੜੇ ਉਹਨਾਂ ਵਾਸਤੇ, ਤੇ ਕਿਉਂਕਿ ਸਾਰਿਆਂ ਨੇ ਤੇ ਬਾਬੇ ਨਾਨਕ ਨੂੰ ਨਹੀਂ ਮੰਨਿਆ, ਸਾਰੇ ਨਹੀਂ ਸੀ ਮੰਨਿਆ। ਇਹ ਰੱਬ ਦੀ ਖੇਡ ਆ, ਜੇ ਦਿਨ ਆ ਤੇ ਉਹਦਾ ਵਿਰੋਧੀ ਰਾਤ ਵੀ ਆ, ਜੇ ਕਾਲਾ ਤੇ ਉਹਦਾ ਵਿਰੋਧੀ ਗੋਰਾ ਵੀ ਆ, ਜੇ ਗਰੀਬ ਆ ਉਹਦਾ ਵਿਰੋਧੀ ਅਮੀਰ ਵੀ, ਦੋਹਾਂ ਦਾ ਜੋੜਾ ਵਾ। ਇਹਨੂੰ ਕਹਿੰਦੇ ਦੁਨੀਆ, ਦੋ ਨੀਆਂ, ਜੰਮਣ ਦੀ ਮਰਨ ਦੀ, ਅਮੀਰ ਦੀ ਬੰਦਗੀ ਦੀ ਗੰਦਗੀ ਦੀ, ਕਾਲੇ ਦੀ ਗੋਰੇ ਦੀ, ਉੱਚੇ ਦੀ ਨੀਵੇਂ ਦੀ ਮਿੱਠੇ ਦੀ, ਇਹ ਦੋਹਾਂ ਦਾ ਜੋੜਾ ਬਣਿਆ ਤੇ ਇਹਨੂੰ ਦੁਨੀਆ ਕਹਿੰਦੇ ਆ। ਤੇ ਫਿਰ ਜੋੜਾ ਤੇ ਰਹਿਣਾ ਹੀ ਹੈ ਜੇ ਹਰਨਾਕਸ਼ਾ ਤੇ ਪ੍ਰਹਲਾਦ ਵੀ ਰਹਿਣਾ ਹੈ। ਜੇ ਹੁਣ ਕਹੀਏ ਸਾਰੇ ਨਾਮ ਜਪਣ ਲੱਗ ਪੈਣ, ਕਥਾ ਸੁਣ ਲੈਣ, ਤੇ ਫਿਰ ਦੁਨੀਆ ਦਾ ਅਰਥ ਬਦਲ ਜਾਣਾ ਨਾ। ਹਾਂ, ਸਾਰੀ ਡਿਊਟੀ ਰੱਬ ਦੀ, ਭੁੱਲਾਂ ਚੁੱਕਾਂ ਮਾਫ਼ ਕਰੋ ਗੁਰਮੁਖ। ਬਹੁਤ ਬਹੁਤ ਧੰਨਵਾਦ ਗੁਰੂ ਦੀਆਂ ਸੰਸਥਾ ਦਾ, ਦਾਸਰਿਆਂ ਤੋਂ ਵਿਚਾਰਾਂ ਦੀ ਸਮਝ ਪਾਉਂਦੇ, ਮਹਾਰਾਜ ਦੇ ਬੋਲ ਸਾਂਝੇ ਕਰਦੇ ਹਾਂ। ਭੁੱਲਾਂ ਹੋ ਜਾਂਦੀਆਂ ਬੱਚੇ ਆ, ਆਪ ਸੋਤ ਵੱਡੇ ਤੇ ਬਖਸ਼ ਲੈਣਾ। ਮਹਾਰਾਜ ਤਰਸ ਕੀਤਾ, ਅਰਦਾਸ ਕਰਨੀ ਜਿਨ੍ਹਾਂ ਸੰਗਤਾਂ ਨੇ ਆ ਸੇਵਾ ਕੀਤੀ ਹੈ, ਬਹੁਤ ਪਿਆਰ ਵਾਲੀਆਂ ਰੂਹਾਂ ਨੇ ਆਪਦਾ ਦਸਵੰਧ ਕੱਢਿਆ ਜਿਨ੍ਹਾਂ ਨੇ। ਮਹਾਰਾਜ ਸਾਹਮਣੇ ਕਿਰਪਾ ਕਰਨ, ਦਇਆ ਕਰਨ, ਰਹਿਮਤ ਕਰਨ, ਝੋਲੀ ਭਰਨ ਦੀ ਸੇਵਾ ਸਿਮਰਣੀਆਂ ਜੋ ਬਚਨਾ ਪਾਉਣ, ਬਾਕੀ ਤੇ ਕੁਝ ਨਹੀਂ ਦੀਦਾ। ਨੰਗੇ ਆਏ ਤੇ ਨੰਗੇ, ਖਾਲੀ ਆਏ ਤੇ ਕੁਛ ਨਹੀਂ ਮਿਲਣਾ। ਬਸ ਮਹਾਰਾਜ ਕਹਿੰਦੇ ਜਿਹੜਾ ਸੇਵਾ ਤੇ ਸਿਮਰਨ ਇਹ ਦੋ ਖੰਭ ਆ, ਇਹਨਾਂ ਤੈਨੂੰ ਲਿਜਾਣਾ ਉਡਾ ਕੇ ਜੇ ਕਰ ਸਕਦਾ ਦੇ। ਵਾਹਿਗੁਰੂ।
ਵਾਹਿਗੁਰੂ 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 ਮਿਚ ਦੁਨੀਆ ਸੇਵਕ ਮਾਈਏ ਤੰਦਰ ਗਏ ਵਸਣ ਪਾਈਏ ਤੰਦਰ ਗਏ ਵਸਣ ਪਾਈਏ ਵਿੱਚ ਦੁਨੀਆ ਸੇਵਕ ਮਾਈਏ ਵਿੱਚ ਦੁਨੀਆ ਸੇਵਕ ਮਾਈਏ ਜੀਂਦੇ ਰਹੋ। ਇੱਕ ਚੀਜ਼ ਨੋਟ ਕੀਤੀ ਕਿ ਜਦੋਂ ਸਾਡੇ ਦਾਦੇ ਬਾਬੇ ਨਾ ਸੇਵਾ ਸਿਮਰਨ ਕਰਦੇ ਤੇ ਵੇਲੋ 100 ਸਾਲ ਉਮਰ ਸੀ ਤੇ ਬਿਮਾਰੀ ਕੋਈ ਨੀ ਮੈਨੂੰ ਅਜੇ ਯਾਦ ਆ, ਮੇਰੇ ਦਾਦਾ ਜੀ ਕਹਿੰਦੇ ਮੈਂ ਸਾਰੀ ਜ਼ਿੰਦਗੀ ਸਿਰ ਪੀੜ ਦੀ ਗੋਲੀ ਨਹੀਂ ਖਾਧੀ ਤੇ ਅੱਜ ਜੰਮਦੇ ਬੱਚੇ ਨੂੰ ਸ਼ੂਗਰ ਆ, ਕੈਂਸਰ ਆ, ਜੰਮਦਾ ਹੀ ਦਵਾਈਆਂ ਨਾ ਕਿ ਪਹਿਲੀ ਗੱਲ, ਫਿਰ ਮਸ਼ੀਨਾਂ 'ਚ ਤੇ ਜਿਹੜਾ ਸਿਸਟਮ ਵੇਖੋ ਨਾ ਕਿਤੇ ਆਪਾਂ ਰੋਂਗ ਆ, ਮੰਨਿਓ ਜਾਂ ਨਾ ਮੰਨਿਓ, ਜਿਹੜੀ ਚੀਜ਼ ਨੂੰ ਆਪਾਂ ਕਹਿੰਦੇ ਨਾ ਮੇਰੀ ਇਨਸੈਂਟ ਹੋ ਗਈ, ਮੇਰੀ ਬੇਇੱਜ਼ਤੀ ਹੋ ਗਈ। ਹੁਣ ਜੇ ਸੇਵਾ ਕਰਨ ਨੂੰ ਕਹੋ ਇਹ ਮੇਰੀ ਬੇਇੱਜ਼ਤੀ ਹੁੰਦੀ, ਸਿਮਰਨ ਨੂੰ ਕਰਨ ਕਹੋ ਮੇਰੀ ਬੇਇੱਜ਼ਤੀ ਹੁੰਦੀ, ਜੇ ਨਾਂ ਨੂੰ ਕਹੋ ਬੇਟਾ ਰੋਟੀ ਪਕਾਓ ਮੇਰੀ ਬੇਇੱਜ਼ਤੀ ਹੋ ਗਈ, ਜੇ ਕਹਿਤਾ ਗੁਰਦੁਆਰੇ ਚਲ ਜਾਓ ਮੇਰੀ ਬੇਇੱਜ਼ਤੀ ਹੋ ਗਈ, ਜੇ ਲੰਗਰ ਦੇ ਵਿੱਚ ਪੰਗਤ ਲਾਉਣ ਲਈ ਟੈਂਟ ਨਹੀਂ ਮੇਰੀ ਬੇਇੱਜ਼ਤੀ ਹੋ ਗਈ, ਜੇ ਵਿਆਹ ਦੇ ਵਿੱਚ ਕੀਰਤਨ ਕਥਾ ਵਾਲੇ ਸੱਦੋ ਗਾਉਣ ਵਾਲੀ ਕੰਜਰ ਨਾ ਸੱਦੋ ਬਾਬਾ ਜੀ ਬੇਇੱਜ਼ਤੀ ਹੋ ਗਈ। ਹੁਣ ਇਹ ਦੱਸੋ ਵੀ ਇੱਜ਼ਤ ਕਿਹੜੇ ਬੰਨੇ ਆ, ਜਿਹੜੇ ਕੰਮਾਂ 'ਚੋਂ ਅਸੀਂ ਜੀਣਾ ਸੀ ਸਾਡੇ ਘਰ 'ਚ ਖੁਸ਼ੀਆਂ, ਉਹ ਸਾਰਿਆਂ ਤੋਂ ਤੇ ਆਪਾਂ ਕਿਹਨੇ ਬੇਇੱਜ਼ਤੀ ਹੁੰਦੀ, ਤੇ ਫਿਰ ਆਪੇ ਵੇਖੋ ਹੁਣ ਕਿਹੜੇ ਰਾਹ ਪਏ, ਕਹਿੰਦੇ ਆਪੇ ਬੀਜ ਕੇ ਆਪੇ ਖਾਣਾ ਤੇ ਫਿਰ ਦੱਸਣ ਹੀ ਦਿਆ ਹੁਣ ਘਰਾਂ ਦੇ ਹਾਲਾਤ, ਆਪਾਂ ਸਾਰੇ ਗ੍ਰਿਸਤੀ ਹਾਂ, ਹਜੇ ਰੁਕ ਜਾਓ ਆਉਣ ਵਾਲਾ ਸਮਾਂ, ਕਿਤੇ ਨਾ ਕਿਤੇ ਗੁਰੂ ਬਾਬੇ ਨੂੰ ਭੁੱਲ ਚੁੱਕੇ ਹਾਂ, ਤੁਹਾਡਾ ਸ਼ੁਕਰ ਹੈ। ਦੀਵੇ 'ਚ ਤੇਲ ਪਾਈ ਚੱਲਿਓ, ਦੀਵਾ ਜਗਦਾ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।